ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਜੋੜ ਕੇ ਨਿੱਘੀ ਦਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸੋ ਤੇ ਅੱਜ 25 ਜੁਲਾਈ ਦਿਨ ਹੈਗਾ ਜੀ ਬੁੱਧਵਾਰ ਦਾ, ਅਤੇ ਆਓ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਸ਼ੁਰੂ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਜਾਈਏ, ਸਹਿਯੋਗੀਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜਸੀਗਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿਮਸ ਹੋਤਾ 209-270-0113। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਜਿਹੜੀਆਂ ਚੋਣਾਂ ਸ਼ੁਰੂ ਨੇ ਅਤੇ ਕਈਆਂ ਦੀ ਮੌਤ ਦੀ ਖਬਰ ਆ ਰਹੀ ਹੈ। ਚੋਣਾਂ ਸ਼ੁਰੂ ਨਹੀਂ ਹੁਣ ਤੇ, ਚੋਣਾਂ ਖਤਮ ਹੋ ਗਈਆਂ ਜੀ, ਤੇ ਚੋਣਾਂ ਖਤਮ ਹੋਣ ਤੋਂ ਬਾਅਦ ਗਿਣਤੀ ਵੀ ਸ਼ੁਰੂ ਹੋ ਗਈ ਆ, ਤੇ ਗਿਣਤੀ ਵੀ ਜੇ ਤਾਜ਼ਾ ਅਪਡੇਟ ਆਪਾਂ ਲੈਣੀ ਹੋਵੇ, ਜਿਹੜੀ ਸਭ ਤੋਂ ਅਖੀਰਲੀ ਅਪਡੇਸ਼ਨ ਸੀਗੀ ਮੇਰੇ ਕੋਲ, ਉਹ ਦੁਨੀਆਂ ਨੇ ਉਸਦੇ ਮੁਤਾਬਕ ਸੀਗੀ, ਤਾਂ ਦੱਸ ਦੇ ਕਿ ਉਹਦੇ ਚ ਜਿਹੜੀ ਇਮਰਾਨ ਖਾਨ ਦੀ ਪਾਰਟੀ ਆ ਉਹ 91 ਸੀਟਾਂ ਤੇ ਅੱਗੇ ਆ। ਜਿਹੜੀ PMLN ਆ, ਯਾਨੀ ਪਾਕਿਸਤਾਨ ਮੁਸਲਿਮ ਲੀਗ ਐਨ ਨਵਾਜ਼, ਉਹ 50 ਤੇ, PPP ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਉਹ 32 ਸੀਟਾਂ ਤੇ ਅੱਗੇ। ਇਹਦਾ ਮਤਲਬ ਇਹ ਆ ਕਿ ਇਮਰਾਨ ਕਪਤਾਨ ਬਣਨ ਦੀ ਦੌੜ ਦੇ ਵਿੱਚ ਬਹੁਤ ਅੱਗੇ ਆ ਦੂਜਿਆਂ ਦੇ ਮੁਕਾਬਲੇ। ਵੈਸੇ ਵੀ ਇਮਰਾਨ ਇਸ ਪੜਾਅ ਤੇ ਆ ਗਿਆ ਸੀਗਾ ਜਿੱਦਾਂ ਹਿੰਦੀ ਦਾ ਇੱਕ ਮਾਵਰਾ ਨਾ, ਅਭੀ ਨਹੀਂ ਤੋ ਕਵੀ ਨਹੀਂ, ਕਿਉਂਕਿ ਇਹਨੂੰ 22-23 ਸਾਲ ਹੋ ਗਏ ਸੀ ਰਾਜਨੀਤੀ ਚ ਆਇਆ ਨੂੰ, ਤੇ ਉੱਦਾਂ ਆਪਣੇ ਤੇ ਪੰਜਾਬੀ ਚ ਕਹਿੰਦੇ ਕਿ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਆ, ਉਹਨੂੰ ਤੇ ਵਾਹਵਾ ਦੁੱਗਣਾ ਟਾਈਮ ਹੋ ਗਿਆ ਸੀਗਾ। ਸੋ ਇਮਰਾਨ ਖਾਨ ਹੈ ਜਿਹੜਾ ਉਹ ਲੀਡ ਦੇ ਵਿੱਚ ਆ, ਹਾਲਾਂਕਿ ਅਪ ਡਾਊਨ ਜਿਹੜੇ ਆ ਤੁਹਾਨੂੰ ਪਤਾ ਰਿਜ਼ਲਟ ਦੇ ਵਿੱਚ ਆਉਂਦੇ ਰਹਿੰਦੇ ਅੱਗੇ ਕੀ ਬਣੂਗਾ। ਇਹ ਵੀ ਹੋ ਸਕਦਾ ਕਿ ਜਿਹੜੀ ਤੀਸਰੀ ਪਾਰਟੀ ਹੈ ਜਿਹੜੀ ਕਿ ਬਿਲਾਵਲ ਭੁੱਟੋ ਦੀ ਅਗਵਾਈ ਚ ਲੜਦੀ ਪਈ ਆ, ਜਿਹੜਾ ਬੇਨਜ਼ੀਰ ਦਾ ਫਰਜ਼ੰਦ ਹੈ, ਤਾਂ ਉਹਦੀ ਜਿਹੜੀ ਉਹ ਤੀਸਰੀ ਧਿਰ ਪਾਰਟੀ ਹੈ ਉਹ ਵੀ ਕਿਤੇ ਕਹਿੰਦੇ ਮੇਕਰ ਦੀ ਭੂਮਿਕਾ ਚ ਆ ਸਕਦੀ ਆ। ਖੈਰ ਇੰਤਜ਼ਾਰ ਕਰਨਾ ਪਊਗਾ ਸਾਰੀ ਰਾਤ ਜਿਹੜੀ ਅੱਜ ਦੀ ਉਹ ਪਾਕਿਸਤਾਨ ਦੇ ਵਿੱਚ ਤੇ ਅੱਖਾਂ 'ਚ ਗੁਜ਼ਰੂਗੀ। ਖੈਰ ਅੱਜ ਦੀਆਂ ਜਿਹੜੀਆਂ ਮੁੱਖ ਘਟਨਾਵਾਂ ਹੋਈਆਂ ਉਹ ਉਹੀ ਨੇ ਜਿੱਦਾਂ ਆਪਣੇ ਇੰਡੀਆ 'ਚ ਵਾਪਰਦੀਆਂ ਚੋਣਾਂ ਦੇ ਦੌਰਾਨ, ਕਿਤੇ ਗੋਲੀ ਚੱਲੀ ਆ, ਕਿਤੇ ਬਲਾਸਟ ਹੋ ਗਿਆ, ਕਿਤੇ ਆਪੋ ਵਿੱਚ ਦੀ ਕੁਰਸੀਆਂ ਮਾਰੀਆਂ ਇੱਕ ਦੂਜੇ ਨੂੰ, ਇਸ ਤਰ੍ਹਾਂ ਜਾਨੀ ਛੋਟੇ ਮੋਟੇ ਝਗੜੇ ਤੋਂ ਲੈ ਕੇ ਬਹੁਤ ਵੱਡੇ ਬੰਬ ਧਮਾਕੇ ਤੱਕ ਸਭ ਕੁਛ ਉੱਥੇ ਵਾਪਰਿਆ। ਉਦਾਂ ਚੋਣਾਂ ਦੀ ਰੰਗੀਨੀ ਉਹੀ ਰਹੀ ਜਿੱਦਾਂ ਇੱਥੇ ਸਾਡੇ ਬਹੁਤ ਜਨਤਾ 'ਚ ਉਤਸ਼ਾਹ ਹੁੰਦਾ, ਕੋਈ ਅੰਗਹੀਣ ਜਾਂਦਾ, ਕੋਈ ਬਜ਼ੁਰਗ ਜਾਂਦਾ, ਕੋਈ 8 ਫੁੱਟ ਲੰਮਾ ਉੱਥੇ ਗਿਆ ਵੋਟ ਪਾਉਣ, ਕੋਈ ਬਿਲਕੁਲ ਨਾਟਾ ਛੋਟਾ ਪਾਉਣਾ ਜਿਹਨੂੰ ਵੋਟ ਦਾ ਅਧਿਕਾਰ ਹਾਸਲ ਕਰਨ ਲਈ ਕਾਨੂੰਨੀ ਲੜਾਈ ਲੜਨੀ ਪਈ, ਉਹ ਵੀ ਗਿਆ। ਯਾਨੀ ਰੰਗੀਨੀਅਤ ਪੂਰੀ ਉਹੀ ਆ ਇੰਡੀਆ ਵਾਲੀ, ਉਤਸ਼ਾਹ ਲੋਕਾਂ 'ਚ ਉਹੀ ਆ। ਵੈਸੇ ਇੱਕ ਗੱਲ ਮੈਂ ਥੋੜੀ ਜਿਹੀ ਵੇਖ ਕੇ ਹੈਰਾਨ ਹੁੰਦਾ ਕਿ ਸਾਡੇ ਇੱਥੋਂ ਦੇ ਲੋਕ ਅੱਗੇ ਕਹਿੰਦੇ ਆ ਕਿ ਸਾਰਾ ਕੁਛ ਛੱਡ ਛੁਡਾ ਕੇ ਫੌਜ ਦੇ ਹਵਾਲੇ ਕਰ ਦਿਓ, ਤੇ ਉਧਰਲੇ ਕਹਿੰਦੇ ਆ ਕਿ ਫੌਜ ਦਾ ਦਖਲ ਨਹੀਂ ਹੋਣਾ ਚਾਹੀਦਾ, ਸਾਨੂੰ ਡੈਮੋਕ੍ਰੇਸੀ ਜਿਹੜੀ ਆ ਪ੍ਰੋਪਰ ਵੇ ਨਾਲ ਚੱਲਦੀ ਰਹਿਣੀ ਚਾਹੀਦੀ ਆ। ਸੋ ਇਹ ਇੱਕ ਥੋੜਾ ਜਿਹਾ ਮਾਨਸਿਕ ਵਖਰੇਵਾਂ ਨਜ਼ਰ ਆਉਂਦਾ, ਪਰ ਬਹਰਹਾਲ ਜੋ ਉੱਥੇ ਸਥਿਤੀਆਂ ਨੇ ਉਹ ਤੁਹਾਡੇ ਸਾਹਮਣੇ ਆ ਕਿ ਹਾਲੇ ਕੁਛ ਨੀ ਕਿਹਾ ਜਾ ਸਕਦਾ ਕਿ ਸਰਕਾਰ ਕਿਹਦੀ ਬਣੂਗੀ, ਪਰ ਇਸ ਵੋਟਿੰਗ ਦੇ ਵਿੱਚ ਜੋ ਅੱਜ ਵੋਟਾਂ ਪਈਆਂ ਨੇ ਇਹਦੇ ਵਿੱਚ 31 ਬੰਦੇ ਮਾਰੇ ਗਏ, ਜਿਹੜਾ ਸੁਸਾਈਡ ਬੰਬਰ ਅਟੈਕ ਹੋਇਆ ਤਾਂ ਉਹਦੇ ਵਿੱਚ 31 ਮੌਤਾਂ ਹੋਈਆਂ ਨੇ, 30-35 ਲਗਭਗ ਜਿਹੜੇ ਜ਼ਖਮੀ ਹੋਇਆ, ਕੁਛ ਹੋਰ ਘਟਨਾਵਾਂ ਗੋਲੀਬਾਰੀ ਦੀਆਂ ਜਿਹੜੀਆਂ ਇਸ ਤਰ੍ਹਾਂ ਹੋਈਆਂ ਨੇ। ਖੈਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ ਕਿ ਕਿਹੜਾ ਉੱਥੋਂ ਦਾ ਕਿੰਗ ਬਣਦਾ, ਪਰ ਇਮਰਾਨ ਖਾਨ ਹੈ ਜਿਹੜਾ ਉਹ ਇਸ ਸਮੇਂ ਇੱਕ ਸਟਰੋਂਗ ਪੋਜੀਸ਼ਨ ਦੇ ਵਿੱਚ ਆ। ਉਹਦਾ ਜਿਵੇਂ ਤੁਹਾਨੂੰ ਮੈਂ ਸਮਾਨਤਾਵਾਂ ਦੱਸ ਦਿੱਤੀਆਂ, ਇਹਨਾਂ ਦੀਆਂ ਚੋਣਾਂ ਦੀਆਂ ਵੀ ਕੁਛ ਸਮਾਨਤਾਵਾਂ ਨੇ, ਮੈਂ ਬਰੀਫ ਦੇ ਵਿੱਚ ਤੁਹਾਨੂੰ ਦੱਸ ਦਿੰਦਾ। ਜਿੱਦਾਂ ਆਪਣੇ ਇੱਥੇ ਇੰਡੀਆ ਦੇ ਵਿੱਚ 2 ਸਦਨ ਆ, ਹੇਠਲਾ ਤੇ ਉਤਲਾ, ਉਦਾਂ ਹੀ ਇਹਨਾਂ ਦੇ ਹੇਠਲਾ ਤੇ ਉਤਲਾ ਸਦਨ ਆ। ਸੋ ਇਸ ਤਰ੍ਹਾਂ ਜਿੱਦਾਂ ਸਾਡੇ ਇੱਥੇ 545 ਸੀਟਾਂ ਨੇ ਅਸੈਂਬਲੀ ਦੀਆਂ, ਕੌਮੀ ਅਸੈਂਬਲੀ ਦੀਆਂ, ਲੋਕ ਸਭਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ ਇਹਨਾਂ ਦੀ ਜਿਹੜੀ ਨੈਸ਼ਨਲ ਅਸੈਂਬਲੀ ਹੈ, ਨੈਸ਼ਨਲ ਅਸੈਂਬਲੀ ਕਹਿੰਦੇ ਆ, ਇਹਨਾਂ ਦੀਆਂ 342 ਸੀਟਾਂ, 342 ਸੀਟਾਂ ਚੋਂ ਸਿਰਫ 272 ਦੀ ਚੋਣਾਂ ਹੁੰਦੀ ਆ। ਮਤਲਬ ਕਿ
ਜਿਹੜਾ ਜਾਦੂਈ ਅੰਕੜਾ ਜਿਹਨੂੰ ਆਪਾਂ ਕਹਿੰਦੇ ਹਾਂ ਮੈਜੀਕਲ ਫਿਗਰ, ਉਹ 137 ਦਾ ਬਣਦਾ ਹੈ। ਤਾਂ ਪਾਕਿਸਤਾਨ ਦੇ ਵਿੱਚ 137 ਜਿਹੜਾ ਲੈ ਗਿਆ ਉਹ ਸਮਝ ਲਓ ਤਖ਼ਤ ਤੇ ਬਹਿ ਗਿਆ। ਤਾਂ 342 ਦੇ ਵਿੱਚੋਂ 272 ਤੇ ਚੋਣ ਹੁੰਦੀ ਹੈ, 70 ਜਿਹੜੀਆਂ ਨੇ ਉਹ ਰਿਜ਼ਰਵ ਹੁੰਦੀਆਂ ਭਾਵੇ ਆ ਕਿ ਉਹਨਾਂ ਚ ਨੋਮੀਨੇਸ਼ਨ ਹੁੰਦੀ ਆ, ਜਿਹਦੇ ਵਿੱਚ 60 ਸੀਟਾਂ ਜਿਹੜੀਆਂ ਉਹ ਔਰਤਾਂ ਲਈ ਰਿਜ਼ਰਵ ਹੁੰਦੀਆਂ, 10 ਸੀਟਾਂ ਜਿਹੜੇ ਪਰੰਪਰਿਕ ਧਾਰਮਿਕ ਅਲਪਸੰਖਿਅਕ ਸਮੁਦਾਇ ਦੇ ਲੋਕ ਹੁੰਦੇ ਆ ਇਹਨਾਂ ਲਈ 10 ਸੀਟਾਂ ਰਿਜ਼ਰਵ ਹੁੰਦੀਆਂ ਨੇ। ਤਾਂ ਇਹਨਾਂ ਦਾ ਜਿਹੜਾ ਫੈਸਲਾ ਹੁੰਦਾ ਸੀਟਾਂ ਤੋਂ, ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਕੌਮੀ ਅਸੈਂਬਲੀ ਦੇ ਵਿੱਚ ਕੋਈ ਵੀ ਪਾਰਟੀ ਮੈਜੋਰਟੀ ਲਿਆਉਂਦੀ ਹੈ ਜਾਂ ਫਿਰ ਉਹ ਤੋਂ ਘੱਟ ਲਿਆਉਂਦੀ, ਫਿਰ ਉਹ ਤੋਂ ਘੱਟ ਲਿਆਉਂਦੀ ਹੈ, ਤਾਂ ਉਹ ਅਨੁਪਾਤ ਦੇ ਵਿੱਚ ਉਹ ਜਿਹੜੀਆਂ 70 ਸੀਟਾਂ ਜਾਂਦੀਆਂ ਜਿਹੜੀਆਂ ਕਿ ਇਸ ਤਰ੍ਹਾਂ ਫਿਲ ਕੀਤੀਆਂ ਜਾਂਦੀਆਂ। ਸੋ ਇਹ ਇਹਨਾਂ ਦੇ ਹੇਠਲੇ ਸਦਨ ਦੀ ਕਾਰਵਾਈ ਹੈ, ਉਤਲਾ ਸਦਨ ਭਾਵ ਜਿੱਦਾਂ ਆਪਣੇ ਰਾਜ ਸਭਾ, ਉਦਾਂ ਇਹਨਾਂ ਦਾ ਜਿਹੜਾ ਹੈਗਾ ਉਹਨੂੰ ਸੀਨੇਟ ਕਹਿ ਦਿੰਦੇ ਆ, ਸੈਨੇਟ। ਉਹਦੇ ਵਿੱਚ 104 ਮੈਂਬਰ ਹੁੰਦੇ ਆ, 104 ਮੈਂਬਰ ਹੈ ਜਿਹੜੇ, ਉਹਨਾਂ ਦਾ ਕਾਰਜਕਾਲ ਹੈ ਜਿਹੜਾ 6 ਸਾਲ ਦਾ ਹੁੰਦਾ। ਸੋ ਲਗਭਗ ਉਹੀ ਫਾਰਮੈਟ ਹੈ ਜਿਹੜਾ ਸਾਡੇ ਇੱਥੇ ਆ ਜੋ ਵੀ ਸੰਸਦ ਦਾ। ਤਾਂ ਇਹਦੇ ਵਿੱਚ ਹੁਣ ਦੇਖਣਾ ਇਹ ਹੋਏਗਾ ਕਿ ਕੀ ਇਮਰਾਨ ਖਾਨ ਸਿੱਧੇ ਤੌਰ ਤੇ 137 ਤੱਕ ਪਹੁੰਚ ਪਾਉਂਦਾ ਜਾਂ ਨਹੀਂ ਪਹੁੰਚ ਪਾਉਂਦਾ, ਯਾਨੀ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਹੈ ਜਿਹੜੀ ਉਹਦੀ ਆਸ ਜਿਹੜੀ ਹੈ ਬਹਰਹਾਲ ਬੜੀ ਧੁੰਦਲੀ ਨਜ਼ਰ ਆਉਂਦੀ ਹੈ। ਤਾਂ ਜੇ ਇਮਰਾਨ ਖਾਨ ਉੱਧਰ ਦਾ ਕਪਤਾਨ ਬਣਦਾ ਤਾਂ ਉਸ ਸੂਰਤ ਹਾਲ ਦੇ ਵਿੱਚ ਜਦੋਂ ਇਮਰਾਨ ਖਾਨ ਦੇ ਹੱਥ ਪਾਕਿਸਤਾਨ ਦੀ ਵਾਗ ਦੂਰ ਹੋਏਗੀ, ਭਾਰਤ ਦੇ ਨਾਲ ਉਹਦੇ ਤਾਲੁਕਾਤ ਕਿਸ ਤਰ੍ਹਾਂ ਦੇ ਰਹਿਣਗੇ ਉਹ ਦੇਖਣ ਵਾਲੀ ਗੱਲ ਹੋਊਗੀ। ਪਰ ਇਮਰਾਨ ਖਾਨ ਬਹੁਤ ਸਫਲ ਕ੍ਰਿਕਟਰ ਰਿਹਾ, ਬਹੁਤ ਵੱਡੀ ਉਹਦੀ ਇੱਕ ਇਮੇਜ ਰਹੀ ਆ। ਸੋ ਹੁਣ ਉਹ ਜੇ ਪ੍ਰਾਈਮ ਮਿਨਿਸਟਰ ਦੀ ਭੂਮਿਕਾ ਚਾਹੁੰਦਾ ਤਾਂ ਉਹ ਭੂਮਿਕਾ ਵੀ ਦੇਖਣ ਵਾਲੀ ਹੋਊਗੀ, ਕਿਉਂਕਿ ਹੋਰ ਬਾਕੀ ਉਹਦੀ ਜ਼ਿੰਦਗੀ ਹੈ ਜਿਹੜੀ ਉਹ ਜੇ ਤੁਸੀਂ ਦੇਖਣੀ ਹੋਵੇ ਪੜ੍ਹਨੀ ਹੋਵੇ ਤੇ ਬਹੁਤ ਕੁਛ ਇੰਟਰਨੈਟ ਤੇ ਤੁਹਾਨੂੰ ਮਿਲ ਜਾਊਗਾ। ਜੀ ਜੀ, ਅਗਲੀ ਗੱਲ ਕਰਦੇ ਹਾਂ। ਮਿੰਟੂ ਜੀ ਵੀ ਕਹਿੰਦੇ ਬਾਲ ਗ੍ਰਹਿ ਵਿੱਚ 29 ਬੱਚਿਆਂ ਨਾਲ ਹੋਏ ਰੇਪ ਨੇ ਨਿਤਿਸ਼ ਨੂੰ ਕਸੂਤਾ ਫਸਾਇਆ। ਦੇਖੋ ਬਿਹਾਰ ਦੇ ਵਿੱਚ ਇਹ ਜਿਹੜਾ ਘਿਨਾਉਣਾ ਕਾਂਡ ਵਾਪਰਿਆ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਗੱਲ ਆ। 29 ਕੁੜੀਆਂ ਦੇ ਨਾਲ ਰੇਪ ਆ, ਪ੍ਰਾਨਗੀ ਦੀ ਗੱਲ ਆ। ਹਾਲਾਂਕਿ ਉਸ ਸ਼ੈਲਟਰ ਹੋਮ ਦੇ ਵਿੱਚ 44 ਕੁੱਲ ਕੁੜੀਆਂ ਸਨ, ਤਾਂ 44 ਦੇ ਵਿੱਚੋਂ 29 ਨੇ ਪੁਸ਼ਟੀ ਕੀਤੀ ਹੈ ਕਿ ਸਾਡੇ ਨਾਲ ਇਹ ਜ਼ਬਰ ਜਨਾਹ ਜਿਹੜਾ ਕੀਤਾ ਗਿਆ। ਔਰ ਇਹ ਜਿਹੜੀਆਂ ਕੁੜੀਆਂ ਨੇ ਸਾਰੀਆਂ ਲਾਵਾਰਸ ਕੁੜੀਆਂ ਜਿਹੜੀਆਂ ਕਿ ਕਿਸੇ ਵੀ ਰਿਸ਼ਤੇ ਦੇ ਵਿੱਚ ਪਲਦੀਆਂ ਨਹੀਂ ਸੀਗੀਆਂ, ਕਿਸੇ ਦਾ ਕੋਈ ਮਾਂ ਬਾਪ ਨਹੀਂ ਸੀਗਾ, ਕਿਸੇ ਦਾ ਹੋਰ ਕੋਈ ਘਰ ਘੱਟ ਨਹੀਂ ਸੀਗਾ, ਇਸ ਤਰ੍ਹਾਂ ਲਾਵਾਰਸ ਬੇਸਹਾਰਾ ਕੁੜੀਆਂ ਸੀ ਸਾਰੀਆਂ, ਜਿਨ੍ਹਾਂ ਦੀ ਉਮਰ ਵੀ ਜਿਹੜੀ ਆ ਉਹ 15 ਸਾਲ ਤੋਂ ਹੇਠਾਂ ਹੇਠਾਂ ਹੈ। ਤਾਂ ਇਹ ਜਿਹੜਾ ਇਹ ਸਾਰਾ ਸੰਚਾਲਨ ਹੁੰਦਾ ਸੀ ਇਸ ਬਾਲ ਗ੍ਰਹਿ ਕਰਦਾ, ਤਾਂ ਇਹ ਐਨ ਜੀ ਓ ਦੇ ਮਾਰਫਤ ਕਰਵਾਉਂਦੀ ਸੀ ਗੌਰਮੈਂਟ, ਮਤਲਬ ਕਿ ਸਾਰਾ ਕੰਮ ਜਿਹੜਾ ਉਹ ਸਾਰਾ ਸਰਕਾਰ ਹੀ ਸਾਂਭਦੀ ਸੀਗੀ, ਪਰ ਜਿਹੜੀ ਦੇਖਭਾਲ ਅੱਗੇ ਕਰਦੇ ਸੀ ਉਹ ਐਨ ਜੀ ਓ ਹਾਇਰ ਕਰ ਲਏ ਜਾਂਦੇ ਸੀਗੇ। ਤਾਂ ਜਿਹੜਾ ਐਨ ਜੀ ਓ ਇਹਨੂੰ ਚਲਾ ਰਿਹਾ ਸੀਗਾ ਇਸ ਬਾਲ ਗ੍ਰਹਿ ਕਰ ਨੂੰ, ਤਾਂ ਉਹਦੇ ਮੁਖੀ ਤੇ ਦੋਸ਼ ਲੱਗਾ, ਉਹਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਬ੍ਰਿਜੇਸ਼ ਠਾਕਰ ਨੂੰ। ਵੈਸੇ ਇਹ ਕਮਾਲ ਦੀ ਗੱਲ ਆ ਕਿ ਬ੍ਰਿਜੇਸ਼ ਠਾਕਰ ਆ ਜਿਹੜਾ ਉਹ ਪਹਿਲਾਂ ਪੱਤਰਕਾਰ ਹੁੰਦਾ ਸੀ, ਸ਼ਾਇਦ ਇਹੀ ਕਾਰਨ ਆ ਕਿ ਏਡਾ ਵੱਡਾ ਘਿਨਾਉਣਾ ਕਾਂਡ ਵਾਪਰ ਜਾਂਦਾ ਤੇ ਮੀਡੀਆ ਦੇ ਵਿੱਚ ਇਹਦੀ ਚਰਚਾ ਜਿਹੜੀ ਨਾ ਮਾਤਰ ਆ। ਕਮਾਲ ਦੀ ਗੱਲ ਆ ਕਿ ਬਿਹਾਰ ਦੀਆਂ ਜੇ ਤੁਸੀਂ ਲੋਕਲ ਅਖਬਾਰਾਂ ਫੋਲੋਗੇ ਤਾਂ ਉਹਦੇ ਵਿੱਚ ਵੀ ਜਿੱਦਾਂ ਆਪਣੇ ਲੋਕਲ ਇੱਥੇ ਬਾਣੀਆਂ ਹੁੰਦੀਆਂ, ਫਰੀਦਕੋਟ ਬਾਣੀ, ਫਲਾਣੀ ਬਾਣੀ, ਯਾਨੀ ਜਿਹੜੇ ਲੋਕਲ ਐਡੀਸ਼ਨ ਹੁੰਦੇ ਆ ਜ਼ਿਲ੍ਹਿਆਂ ਦੇ, ਉਹਦੇ ਤੱਕ ਹੀ ਖਬਰ ਮਹਿਦੂਦ ਰਹੀ ਹੈ। ਸ਼ਾਇਦ ਉਹੀ ਬ੍ਰਿਜੇਸ਼ ਠਾਕਰ ਦਾ ਜਿਹੜਾ ਪੱਤਰਕਾਰ ਹੋਣਾ ਕਿਤੇ ਨਾ ਕਿਤੇ ਉਹ ਵੀ ਲੱਗਦਾ ਕਿ ਇਸ ਚੀਜ਼ ਦਾ ਕਿਤੇ ਨਾ ਕਿਤੇ ਕਾਰਨ ਬਣਿਆ। ਦੂਜੇ ਪਾਸੇ ਜੇ ਗੱਲ ਕਰੀਏ, ਕੇਂਦਰ ਨੇ ਪੇਸ਼ਕਸ਼ ਵੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਹੈ ਜਿਹੜੀ CBI ਤੋਂ ਕਰਾ ਲਈ ਜਾਵੇ, ਪਰ ਨਿਤੀਸ਼ ਕੁਮਾਰ ਜਿਹੜਾ ਉਹ ਭੱਜਦਾ ਜਾਪਦਾ। ਹਾਲਾਂਕਿ ਜਿਹੜੇ ਲਾਲੂ ਪ੍ਰਸਾਦ ਯਾਦਵ ਦਾ ਹੈ ਪੁੱਤਰ ਆ, ਉਹ ਘੇਰਦੇ ਪਏ ਉਹਨੂੰ ਕਿ ਚਾਚਾ ਤੂੰ ਭੱਜਦਾ ਕਾਹਤੋਂ ਆ CBI ਤੋਂ। ਹੁਣ ਦੂਜੀ ਗੱਲ ਜਿਹੜੀ ਇਸ ਮਾਮਲੇ ਚੋਂ ਨਿਕਲ ਕੇ ਆਉਂਦੀ ਪਈ ਆ ਉਹ ਇਹ ਆ ਕਿ ਇਹ ਅਸਲ ਦੇ ਵਿੱਚ ਕਹਾਣੀ ਜਿਹੜੀ ਸਾਹਮਣੇ ਆਈ ਆ ਉਹ ਇਸ ਤਰ੍ਹਾਂ ਆਈ ਆ ਕਿ ਇਹਨਾਂ ਨੇ ਕਿਸੇ ਇੱਕ ਪ੍ਰਾਈਵੇਟ ਸੰਸਥਾਨ ਤੋਂ ਆਡਿਟ ਕਰਵਾਇਆ ਸੀਗਾ। ਤਾਂ ਜਦੋਂ ਆਡਿਟ ਕੀਤਾ ਉਹਨਾਂ ਨੇ ਜਾ ਕੇ ਉਸ ਬਾਲ ਗ੍ਰਹਿ ਦੇ ਵਿੱਚ, ਤਾਂ ਉੱਥੋਂ ਪਤਾ ਲੱਗਿਆ ਕਿ ਇਹਨਾਂ ਦੇ ਨਾਲ ਕੀ ਕੁਛ ਕੀਤਾ ਜਾਂਦਾ। ਤਾਂ ਇਹਦੀ ਜਿਹੜੀ ਰਿਪੋਰਟ ਸੀਗੀ ਉਹ ਅਪ੍ਰੈਲ ਦੇ ਵਿੱਚ ਦੱਸਦੇ ਆ ਕਿ ਉਹਨਾਂ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਭੇਜ ਦਿੱਤੀ ਸੀਗੀ ਜੋ ਇਹ ਸਾਰਾ ਜਿੰਮਾ ਦੇਖਦਾ। ਤਾਂ ਤੁਸੀਂ ਹੈਰਾਨ ਰਹੋਗੇ ਕਿ ਇੱਕ ਮਹੀਨੇ ਤੱਕ ਫਿਰ ਵੀ FIR ਦਰਜ ਨਹੀਂ ਕੀਤੀ ਜਾਂਦੀ। ਤਾਂ ਹੋਇਆ ਕੀ ਕਿ ਉਹ ਜਿਹੜੀ ਰਿਪੋਰਟ ਸੀ ਉਹ ਅਚਾਨਕ ਇੱਕ ਉੱਥੋਂ ਦੇ ਲੋਕਲ ਖਬਰੀ ਚੈਨਲ ਦੇ ਹੱਥ ਲੱਗ ਜਾਂਦੀ ਆ, ਉਹ ਇਸ ਰਿਪੋਰਟ ਨੂੰ ਸ਼ਾਇਆ ਕਰ ਦਿੰਦੇ ਆ, ਨਸ਼ਰ ਕਰ ਦਿੰਦੇ ਆ, ਉਹ ਤੋਂ ਬਾਅਦ ਰੌਲਾ ਪੈਂਦਾ, ਫਿਰ ਜਾ ਕੇ ਕਾਰਵਾਈ ਹੁੰਦੀ ਆ। ਤਾਂ ਇਸ ਕਾਰਵਾਈ ਨੂੰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸ਼ੁਰੂ ਹੁੰਦਿਆਂ
ਅਪ੍ਰੈਲ ਤੋਂ ਇੱਥੋਂ ਤੱਕ ਆਉਂਦਿਆਂ ਆਉਂਦਿਆਂ ਕਿੰਨੇ ਮਹੀਨੇ ਲੱਗ ਗਏ ਆ। ਗ੍ਰਿਫਤਾਰੀਆਂ 10 ਹੋਈਆਂ ਨੇ, ਪਰ ਇਹ ਜਿਹੜਾ ਮਾਮਲਾ ਇਹ ਇਸ ਕਰਕੇ ਵੀ ਪਚੀਦਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਲੜਕੀਆਂ ਨੂੰ ਸ਼ਾਇਦ ਅੱਗੇ ਵੀ ਪਰੋਸਿਆ ਜਾਂਦਾ ਸੀਗਾ, ਉਹਦੇ ਵਿੱਚ ਰਾਜ ਨੇਤਾਵਾਂ ਦਾ ਵੀ ਨਾਂ ਆ ਰਿਹਾ, ਉਹਦੇ ਵਿੱਚ ਕੁਛ ਹੋਰ ਮੀਡੀਆ ਨਾਲ ਜੁੜੇ ਲੋਕਾਂ ਦਾ ਵੀ ਨਾਂ ਆ ਰਿਹਾ, ਯਾਨੀ ਇਹ ਇੱਕ ਅਸਿੱਧੇ ਰੂਪ ਨਾਲ ਬਹੁਤ ਵੱਡਾ ਸੈਕਸ ਸਕੈਮ ਬਣਦਾ ਜਾ ਰਿਹਾ। ਤਾਂ ਇਹਦੇ ਵਿੱਚ ਹੁਣ ਬੱਚੀਆਂ ਸ਼ੋਸ਼ਿਤ ਨੇ, ਬੱਚੀਆਂ ਜਿਹੜੀਆਂ ਉਹ ਖੁਦ ਕਹਿੰਦੀਆਂ ਕਿ 29 ਜਾਣੀਆਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਕਿ ਅਸੀਂ ਵਿਕਟਮ ਆ। ਇਸ ਤੋਂ ਇਲਾਵਾ ਇੱਕ ਕੁੜੀ ਨੇ ਇਹ ਵੀ ਕਿਹਾ ਕਿ ਇੱਕ ਨੇ ਵਿਰੋਧ ਤਾਂ ਕੀਤੀ, ਉਹਨੂੰ ਮਾਰ ਕੇ ਤੇ ਉੱਥੇ ਦਫਨਾ ਦਿੱਤਾ ਗਿਆ, ਹਾਲਾਂਕਿ ਖੁਦਾਈ ਹੋਈ ਆ, ਖੁਦਾਈ ਚ ਕੱਖ ਨੀ ਮਿਲਿਆ ਹੁਣ ਤੱਕ, ਮਿੱਟੀ ਸੀਗੀ ਜਿਹੜੀ ਉਹਨੂੰ ਉਹਨਾਂ ਨੇ ਕਬਜ਼ੇ ਚ ਲੈ ਲਿਆ, ਜਿਹੜੀ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਸੀਗੀ ਉਸ ਕੁੜੀ ਨੇ ਕਿ ਇਸ ਥਾਂ ਤੇ ਇਹਨੂੰ ਮਾਰ ਕੇ ਦੱਬਿਆ ਗਿਆ। ਤਾਂ ਮਾਮਲਾ ਜਿਹੜਾ ਬਹੁਤ ਹੀ ਗੰਭੀਰ, ਬਹੁਤ ਹੀ ਸੰਗੀਨ ਆ, ਪਰ ਜਿਹੜਾ ਬ੍ਰਜੇਸ਼ ਠਾਕੁਰ ਫੜਿਆ ਗਿਆ ਜਿਹੜਾ NGO ਦਾ ਮੁੱਖ ਸੰਚਾਲਕ ਸੀ, ਹਾਲਾਂਕਿ ਉਹਦੇ ਘਰਦੇ ਕਹਿੰਦੇ ਆ ਕਿ ਪਹਿਲੀ ਰਿਪੋਰਟ ਦੇ ਵਿੱਚ ਇਹਦਾ ਨਾਂ ਨੀ ਸੀਗਾ ਜਾਂ FIR ਦੇ ਵਿੱਚ ਨਾਂ ਨਹੀਂ ਸੀਗਾ, ਪਰ ਸਾਰੇ ਕਹਿੰਦੇ ਆ ਕਿ ਅਸਲ ਦੇ ਵਿੱਚ ਇਹੀ ਕਰਤਾ ਧਰਤਾ ਸੀ NGO ਦਾ, ਔਰ ਇਹੀ ਸਭ ਤੋਂ ਜ਼ਿਆਦਾ ਦਰਿੰਦਗੀ ਕਰਦਾ ਸੀ। ਉਦੋਂ ਤੱਕ ਕਹਿ ਦਿੱਤਾ ਕਿ ਇਹ ਬੰਦਾ ਇਹੋ ਜਿਹਾ ਮਨੋਰੋਗੀ ਸੀਗਾ ਕਿ ਬੱਚੀਆਂ ਨੂੰ ਜਾਣ ਬੁੱਝ ਕੇ ਪਾਟੇ ਲੀੜੇ ਪਾਉਂਦਾ ਸੀਗਾ ਤਾਂ ਕਿ ਉਹਨਾਂ ਦੇ ਸਰੀਰ ਨੂੰ ਇਹ ਵਹਿਸ਼ੀ ਪੁਣੇ ਨਾਲ ਦੇਖ ਸਕੇ। ਸੋ ਇਸ ਤਰ੍ਹਾਂ ਦੀ ਮਨੋ ਅਵਸਥਾ ਵੀ ਉਹਦੀ ਦੱਸੀ ਗਈ ਹੈ ਅਖਬਾਰ ਵੱਲੋਂ। ਤਾਂ ਉਹਨੂੰ ਕੀ ਕੀਤਾ ਇਹਨਾਂ ਨੇ ਕਿ ਜਦੋਂ ਫੜ ਲਿਆ ਫਿਰ ਦੱਸਦੇ ਆ ਕਿ ਉਹਨੂੰ ਜੇਲ੍ਹ ਚ ਘੱਲਣ ਦੀ ਥਾਂ ਤੇ ਹਸਪਤਾਲ ਚ ਘੱਲ ਦਿੱਤਾ ਗਿਆ ਤੇ ਉਹ ਉੱਥੇ ਜਾ ਕੇ ਟੈਲੀਫੋਨ ਯੂਜ਼ ਕਰਦਾ ਰਿਹਾ। ਤਾਂ ਜਦੋਂ ਉਹ ਟੈਲੀਫੋਨ ਅੰਦਰੋਂ ਯੂਜ਼ ਕਰਦਾ ਸੀ ਹਸਪਤਾਲ ਦੇ ਵਿੱਚ, ਉਸ ਗੱਲ ਦਾ ਫਿਰ ਕਿਤੇ ਖੁਲਾਸਾ ਹੋ ਗਿਆ ਤਾਂ ਜਾ ਕੇ ਕਿਤੇ ਉਹਨੂੰ ਜੇਲ੍ਹ ਦੇ ਵਿੱਚ ਕੱਢਿਆ। ਤਾਂ ਸਿੱਧੇ ਤੌਰ ਤੇ ਮਾਮਲਾ ਜਿਹੜਾ ਉਹ ਤੁਸੀਂ ਦੇਖ ਲਓ ਕਿ ਹਾਈ ਪ੍ਰੋਫਾਈਲ ਆ, ਔਰ ਉਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਹੈ ਜਿਹੜੀ ਉਹ ਦਖਲ ਦੇ ਰਹੀ ਹੈ। ਇਸੇ ਕਰਕੇ CBI ਦੀ ਇਨਵੈਸਟੀਗੇਸ਼ਨ ਜਿਹੜੀ ਕਿ ਕੇਂਦਰ ਵੱਲੋਂ ਕਹੀ ਗਈ, ਪੇਸ਼ਕਸ਼ ਕੀਤੀ ਗਈ, ਉਹਦੇ ਤੇ ਵੀ ਰਾਜ ਸਰਕਾਰ ਨੇ ਕੰਨ ਨਹੀਂ ਧਰਿਆ। ਤਾਂ ਇਹਦਾ ਮਤਲਬ ਹੈ ਮਾਮਲਾ ਕਿਤੇ ਨਾ ਕਿਤੇ ਗੜਬੜ ਹੈ, ਜਿਹਦੇ ਤੋਂ ਮੀਡੀਆ ਵੀ ਦੂਰ ਰਹਿ ਰਿਹਾ, ਰਾਜਨੀਤੀ ਵੀ ਜਿਸ ਤੋਂ ਬਚਦੀ ਨਜ਼ਰ ਆਉਂਦੀ ਹੈ। ਪਰ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਨਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਸਰਕਾਰੀ ਬਾਲ ਗ੍ਰਹਿ ਹੁੰਦੇ ਆ, ਬੇਸ਼ੱਕ ਉਹਨਾਂ ਦੀ ਦੇਖਰੇਖ ਕੋਈ ਵੀ ਕਰਦਾ ਹੋਵੇ, ਤਾਂ ਉਹਦੇ 'ਚ ਨਿਰੰਤਰ ਸਰਕਾਰੀ ਅਫਸਰਾਂ ਦੇ ਦੌਰੇ ਹੁੰਦੇ ਆ। ਇਹ ਦੇਖਣ ਵਾਲੀ ਤੇ ਸੋਚਣ ਵਾਲੀ ਗੱਲ ਆ ਕਿ ਕੀ ਉੱਥੇ ਇਹ ਸਰਕਾਰੀ ਅਹੁਦੇਦਾਰ ਜਾਂਦੇ ਰਹੇ ਆ, ਜੇ ਜਾਂਦੇ ਰਹੇ ਆ ਤੇ ਇਹ ਉੱਥੇ ਇਹਨਾਂ ਚੀਜ਼ਾਂ ਦਾ ਪਤਾ ਕਿਉਂ ਨਹੀਂ ਲਾ ਸਕੇ, ਤੇ ਜੇ ਨਹੀਂ ਗਏ ਤੇ ਫਿਰ ਤਾਂ ਮੇਰੇ ਖਿਆਲ ਦੇ ਨਾਲ ਜਿਹੜੇ FIR ਆ ਉਹਦੇ ਵਿੱਚ ਵਾਹਵਾ ਖਾਨੇ ਹੋਣਗੇ, ਨਾਲ ਇਹਨਾਂ ਦਾ ਵੀ ਉਹਨਾਂ ਖਾਨਿਆਂ 'ਚ ਨਾਂ ਪਾ ਦੇਣਾ ਚਾਹੀਦਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ ਰਾਜਸਥਾਨ ਦੇ ਭਾਜਪਾ ਪ੍ਰਧਾਨ ਨੇ ਇਤਿਹਾਸ ਨੂੰ ਹੁਲਾਇਆ, ਉਹ ਵੀ ਕੀ ਕਰਨ, ਪ੍ਰਧਾਨ ਮੰਤਰੀ ਨਹੀਂ ਛੱਡਦੇ। ਦੇਖੋ ਇਹਨਾਂ ਦਾ ਇਤਿਹਾਸ ਦਾ ਜਿਹੜਾ ਗਿਆਨ ਆ ਨਾ, ਇਹ ਤੇ ਉਸ ਗਿਆਨ ਦੇ ਗੱਲ ਚ ਰੱਸਾ ਪਾਈ ਫਿਰਦੇ ਆ, ਉਹਨੂੰ ਕਦੇ ਇੱਧਰ ਧੋ ਲੈਂਦੇ ਕਦੇ ਉੱਧਰ ਧੋ ਲੈਂਦੇ। ਮਦਨ ਲਾਲ ਸੈਣੀ ਨਵੇਂ ਨਵੇਂ ਬਣੇ ਆ ਇਹਨਾਂ ਦੇ ਪ੍ਰਧਾਨ, ਵੈਸੇ ਪਤਾ ਕੀ ਗੱਲ ਆ, ਜਿਹੜਾ ਵੀ ਬੰਦਾ ਇਹਨਾਂ ਦਾ ਨਵਾਂ ਨਵਾਂ ਬਣਦਾ ਨਾ, ਇੱਕ ਵਾਰੀ ਫਿਰ ਉਹ ਇਤਿਹਾਸ ਨੂੰ ਵੀ ਧੋਬੀ ਤਰੜਾ ਮਾਰ ਦਿੰਦਾ, ਫਿਰ ਉਹ ਹਾਈਪੋਥੈਟੀਕਲ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਦੀ ਵੀ ਹਨੇਰੀ ਲਿਆ ਦਿੰਦਾ। ਜਿਵੇਂ ਉਹ ਅੱਗੇ ਇੱਕ ਤ੍ਰਿਪੁਰਾ ਦਾ ਇਹਨਾਂ ਦਾ ਚੀਫ ਮਿਨਿਸਟਰ ਬਣਿਆ ਸੀ ਬਿਪਲ ਦੇਵ, ਉਹਨੂੰ ਚੁੱਪ ਕਰਾਉਣ ਲਈ ਤੇ ਤ੍ਰਿਪੁਰਾ ਤੋਂ ਦਿੱਲੀ ਸੱਦਿਆ ਗਿਆ ਸੀਗਾ, ਮੋਦੀ ਸਾਹਿਬ ਨਾਲ ਮੁਲਾਕਾਤ ਕਰਾਈ ਗਈ ਕਿ ਬਸ ਕਰ ਬਸ ਕਰ ਬਸ ਕਰ, ਉਹ ਜਿਵੇਂ ਬਿੰਦਰਖੀਆ ਕਹਿੰਦਾ ਕਿ ਲੋਕੀ ਕਹਿੰਦੇ ਬਸ ਕਰ ਬਸ ਕਰ ਬਸ ਕਰ, ਸੋ ਉਹਨੂੰ ਚੁੱਪ ਕਰਾਇਆ ਸੀਗਾ। ਫਿਰ ਹੁਣ ਇੱਧਰ ਇਹ ਸੈਣੀ ਸਾਹਿਬ ਉੱਠ ਪਏ ਆ, ਇਹਨਾਂ ਨੇ ਕੀ ਕਿਹਾ, ਇਹ ਇੱਕ ਹਵਾਲਾ ਦਿੰਦੇ ਆ, ਇਹ ਕਹਿੰਦਾ ਕਿ ਦੇਖੋ ਜਿੱਥੋਂ ਤੱਕ ਮੈਨੂੰ ਯਾਦ ਆ, ਕਹਿੰਦਾ ਕਿ ਜਦੋਂ ਹਮਾਯੂ ਮਰਦਾ ਪਿਆ ਸੀਗਾ ਉਸ ਸਮੇਂ ਉਹਨੇ ਬਾਬਰ ਨੂੰ ਬੁਲਾਇਆ ਤੇ ਉਹਨੇ ਬਾਬਰ ਨੂੰ ਬੁਲਾ ਕੇ ਆਖਿਆ ਕਿ ਜੇ ਹਿੰਦੁਸਤਾਨ 'ਚ ਤੂੰ ਸ਼ਾਸਨ ਕਰਨਾ ਤੇ ਤਿੰਨ ਚੀਜ਼ਾਂ ਦਾ ਧਿਆਨ ਰੱਖੀ, ਇੱਕ ਗਾਂ, ਬ੍ਰਾਹਮਣ ਤੇ ਇੱਕ ਬੀਬੀਆਂ, ਇਹਨਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਸੋ ਇਹਨੇ ਇਹ ਇਤਿਹਾਸ ਨੂੰ ਗਦੀ ਗੇਟ 'ਚ ਪਾ ਦਿੱਤਾ। ਹੁਣ ਇਤਿਹਾਸ ਕੀ ਕਹਿੰਦਾ, ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੈਗਾ। ਦੂਜੀ ਗੱਲ ਇਹ ਆ ਕਿ ਹਮਾਯੂੰ ਜਿਹੜਾ ਉਹ ਬਾਬਰ ਦਾ ਪਿਤਾ ਨਹੀਂ ਸੀਗਾ, ਜਦਕਿ ਬਾਬਰ ਦਾ ਉਹ ਬੇਟਾ ਸੀਗਾ। ਸੋ ਇਹ ਉਲਟ ਸਾਰਾ ਕੁਛ ਕੀਤੀ ਹੋਈ ਤਾਂ, ਔਰ ਹਮਾਯੂੰ ਦਾ ਜਿਹੜਾ ਪਿਤਾ ਸੀਗਾ ਬਾਬਰ, ਉਹਦੀ ਮੌਤ 1531 ਚ ਹੋ ਗਈ ਸੀਗੀ, ਜਦਕਿ ਉਹ 25 ਸਾਲ ਬਾਅਦ ਯਾਨੀ 1556 ਚ ਮਰਿਆ ਸੀਗਾ ਹਮਾਯੂੰ। ਸੋ ਇਹਨੇ ਸਾਰੀ ਉਲਟੀ ਪੁਲਟੀ ਮਾਰ ਦਿੱਤੀ ਆ, ਪਰ ਇਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਤੇ ਕੋਈ ਛੋਟੀ ਮੋਟੀ ਗੱਲ ਹੀ ਆ, ਇਹ ਤੇ ਬਹੁਤ ਗਾਂਹ ਤੱਕ ਦੀਆਂ ਗੱਲਾਂ ਕਰ ਦਿੰਦੇ ਆ। ਆ ਪਿੱਛੇ ਜੇ ਇਹਨਾਂ ਦਾ ਇੱਕ ਸੱਜਣ ਕਹਿਣ ਡਿਆ ਸੀਗਾ, ਕਹਿੰਦਾ ਕਿ
ਕ੍ਰਿਸਚਨ ਜਿਹੜੇ ਆ ਉਹ ਗਾਂ ਨਹੀਂ ਖਾਂਦੇ। ਦੇਖੋ ਇਹ ਤਿਲਕ ਜਿਹੀਆਂ ਗੱਲਾਂ ਕਰਦੇ, ਕਹਿੰਦੇ ਜੀ ਕਿ ਕ੍ਰਿਸਚਨ ਇਸ ਕਰਕੇ ਗਾਂ ਨਹੀਂ ਖਾਂਦੇ ਕਿਉਂਕਿ ਉਹਨਾਂ ਦੀ ਵੀ ਮਾਨਤਾ ਹੈ, ਉਹਨਾਂ ਨੇ ਗਾਂ ਬਲਟਾ ਦਿੱਤੀ, ਮੱਕੇ ਮਦੀਨੇ ਵੀ ਇਸ ਤਰ੍ਹਾਂ ਨਹੀਂ ਹੁੰਦਾ, ਫਲਾਂ ਥਾਂ ਧਮਕਾਂ ਥਾਂ। ਤਾਂ ਇੱਕ ਬੰਦੇ ਨੇ ਉੱਠ ਕੇ ਕਿਹਾ, ਕਹਿੰਦਾ ਕਿ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਤੁਸੀਂ ਕਹਿੰਦੇ ਕੋਈ ਕ੍ਰਿਸਚਨ ਗਾਂ ਨਹੀਂ ਖਾਂਦੇ, ਬੀਫ ਨਹੀਂ ਖਾਂਦੇ, ਤੇ ਨੌਰਥ ਈਸਟ ਦੇ ਵਿੱਚ ਕੌਣ ਬੈਠੇ ਆ, ਆਪਣੇ ਇੰਡੀਆ ਦੇ ਵਿੱਚ ਹੀ, ਉੱਥੇ ਕੌਣ ਆ? ਉਦੋਂ ਫਿਰ ਇਹਨਾਂ ਦਾ ਬੰਦਾ ਜਿਹੜਾ ਉਹ ਜਿਹਾ ਸੀਗਾ, ਜਾਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ, ਫਲਾਂ ਏਦਾਂ ਹੋ ਗਿਆ, ਧਮਕਾਂ ਏਦਾਂ ਹੋ ਗਿਆ। ਪਰ ਇੰਦਰੀਸ਼ ਕੁਮਾਰ ਹੈ ਜਿਹੜਾ ਆਰ ਐਸ ਐਸ ਵਾਲਾ, ਉਹਨੇ ਇੱਕ ਬਿਆਨ ਜਿਹੜਾ ਉਹ ਬੜਾ ਅਜੀਬ ਗਰੀਬ ਜਿਹਾ ਦਿੱਤਾ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਈਸਾ ਮਸੀਹ ਸੀਗਾ ਜਿਹੜਾ ਉਹ ਗਊਸ਼ਾਲਾ ਚ ਪੈਦਾ ਹੋਇਆ ਸੀਗਾ, ਇਹ ਇੰਦਰੀਸ਼ ਕੁਮਾਰ ਆ। ਔਰ ਇਹਨਾਂ ਦਾ ਇੱਕ ਇਹੀ ਮੇਰੇ ਖਿਆਲ ਦੇ ਨਾਲ ਇੰਦਰੀਸ਼ ਕੁਮਾਰ ਆ ਜਿਹਨੇ ਕੱਲ ਪਰਸੋਂ ਇਹ ਗੱਲ ਕਹੀ ਸੀਗੀ ਕਿ ਮੌਬ ਲਿੰਚਿੰਗ ਜਿਹੜੀ ਹੈ ਉਹ ਇਸ ਕਰਕੇ ਹੀ ਰੁਕੇਗੀ ਜੇਕਰ ਜੇਕਰ ਲੋਕ ਬੀਫ ਖਾਣਾ ਬੰਦ ਕਰ ਦਿੰਦੇ, ਕਿ ਉਦੋਂ ਤੱਕ ਮੌਬ ਲਿੰਚਿੰਗ ਹੁੰਦੀ ਰਹੇਗੀ, ਮਤਲਬ ਕਿ ਉਦੋਂ ਤੱਕ ਭੀੜ ਜਿਹੜੀ ਆ ਉਹ ਇਸ ਤਰ੍ਹਾਂ ਕਤਲ ਕਰਦੀ ਰਹੇਗੀ। ਅੱਜ ਵੀ ਇਹਨਾਂ ਦਾ ਇੱਕ ਵਿਧਾਇਕ ਹੈ ਜਿਹੜਾ ਉਹ ਬੇਵਕੂਫ ਜਿਹਾ ਵਿਧਾਇਕ ਆ, ਉਹ ਇਸ ਤਰ੍ਹਾਂ ਹੀ ਬੋਲਦਾ, ਉਹ ਕਹਿੰਦਾ ਕਿ ਜਦੋਂ ਤੱਕ ਗਾਂ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਨਹੀਂ ਮਿਲ ਜਾਂਦਾ ਮੌਬ ਲਿੰਚਿੰਗ ਨਹੀਂ ਰੁਕੇਗੀ। ਤੇ ਲੋਕ ਕਹਿੰਦੇ ਕਿ ਤੁਸੀਂ ਉੱਤੇ ਦੇਣਾ ਹੈ, ਤੁਹਾਡੀ ਹੀ ਤੇ ਸਰਕਾਰ ਹੈ, ਸਰਕਾਰ ਕਿਹੜਾ ਉੱਥੇ ਕਾਮਰੇਡਾਂ ਦੀ ਹੈ, ਤੁਸੀਂ ਜਾ ਕੇ ਦਰਜਾ ਦਵਾ ਲਓ, ਕਿਸੇ ਤਰੀਕੇ ਨਾਲ ਭੀੜ ਰੁਕਣੀ ਚਾਹੀਦੀ ਆ। ਪਰ ਖੈਰ ਜੋ ਮਰਜ਼ੀ ਆ, ਇਤਿਹਾਸ ਨੂੰ ਗਲੀ ਗੇਟ ਚ ਪਾਇਆ ਹੋਇਆ ਇਹਨਾਂ ਨੇ, ਇਤਿਹਾਸ ਨੂੰ ਕੁਚਲ ਕੇ ਰੱਖ ਰਹੇ ਆ। ਖੈਰ ਦੇਖਦੇ ਆ ਕਿ ਹੁਣ ਅੱਗੇ ਇਸ ਇਤਿਹਾਸਕ ਜਿਹੜੀ ਇਹ ਪਹਿਲਕਦਮੀ ਕੀਤੀ ਜਾ ਰਹੀ ਹੈ ਇਤਿਹਾਸ ਨੂੰ ਤੋੜਨ ਮਰੋੜ ਦੀ, ਉਹਦੇ ਚ ਅਗਲਾ ਯੋਗਦਾਨ ਕੌਣ ਪਾਉਂਦਾ ਇਹਨਾਂ ਚ? ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਡਰੱਗ ਮਾਮਲੇ ਦੀ ਸੁਣਵਾਈ ਹੁਣ ਚੀਫ ਜਸਟਿਸ ਕਰਨਗੇ। ਦੇਖੋ ਇਹ ਜਿਹੜੀ ਸੁਣਵਾਈ ਸੀਗੀ ਇਹ ਉਸੇ ਰਿਪੋਰਟ ਨੂੰ ਲੈ ਕੇ ਸੀ ਜਿਹਦਾ ਰੌਲਾ ਪੈਂਦਾ ਸੀਗਾ, ਐਸ ਟੀ ਐਫ ਦੀ ਰਿਪੋਰਟ ਜਿਹਨੂੰ ਕਹਿ ਦਿੰਦੇ ਆ, ਜਿਹਦੇ ਵਿੱਚ ਕੁਛ ਪੁਲਿਸ ਅਧਿਕਾਰੀਆਂ ਦੇ ਨਾਮ ਆ ਰਹੇ ਆ। ਤਾਂ ਅੱਜ ਇਹਦੀ ਸੁਣਵਾਈ ਸੀਗੀ, ਜਦੋਂ ਸੁਣਵਾਈ ਹੋਈ ਤਾਂ ਕਿਉਂਕਿ ਦੇਖੋ ਜਿਹੜਾ ਰੋਸਟਰ ਆ ਸਾਰਾ ਕੰਮ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦਾ ਉਹ ਰੋਸਟਰ ਦੇ ਮੁਤਾਬਕ ਹੀ ਚੱਲਦਾ, ਤੇ ਰੋਸਟਰ ਦੇ ਵਿੱਚ ਕਈ ਨੰਬਰ ਹੁੰਦੇ ਆ, ਜਿੱਦਾਂ ਇੱਕ ਤੋਂ ਲੈ ਕੇ ਕਈ ਵਾਰ 150 ਤੱਕ ਹੁੰਦਾ, ਤਾਂ ਉਹਦੇ ਵਿੱਚ ਸਮੇਂ ਦੇ ਮੁਤਾਬਕ ਕੇਸ ਜਿਹੜੇ ਆ ਉਹ ਚੁੱਕੇ ਜਾਂਦੇ ਆ। ਇਸ ਕੇਸ ਨੇ ਕਿਉਂਕਿ ਬਹੁਤ ਲੰਬਾ ਸਮਾਂ ਲੈਣਾ ਸੀਗਾ, ਤਾਂ ਇਹ ਮਾਮਲਾ ਜਿਹੜਾ ਸੀਗਾ ਉਹ ਬੈਂਚ ਤੋਂ ਚਲੇ ਗਿਆ ਚੀਫ ਜਸਟਿਸ ਕੋਲ। ਚੀਫ ਜਸਟਿਸ ਦਾ ਰੋਸਟਰ ਜਿਹੜਾ ਸੀਗਾ ਬਿਜ਼ੀ ਸੀਗਾ, ਉਹਨਾਂ ਨੇ ਕਹਿਤਾ ਕਿ ਹੁਣ ਇਹ ਮਾਮਲਾ ਜਿਹੜਾ 31 ਅਗਸਤ ਨੂੰ ਵਿਚਾਰਿਆ ਜਾਊਗਾ। ਪਰ ਇੱਥੇ ਇੱਕ ਦਿਲਚਸਪ ਗੱਲ ਵਾਪਰੀ ਆ ਜਿਹੜੀ ਕਿ ਖੁਦ ਐਡਵੋਕੇਟ ਜਨਰਲ ਨੇ ਆ ਕੇ ਬਾਹਰ ਕਹੀ ਵੀ ਆ। ਕਹਿੰਦੇ ਆ ਕਿ ਉਹਨਾਂ ਨੇ ਪੁੱਛਿਆ ਕਿ ਜੇ ਕੋਈ ਜ਼ਰੂਰੀ ਗੱਲ ਆ, ਜੇ ਕੋਈ ਜ਼ਰੂਰੀ ਕੰਸਰਨ ਹੈ ਇਸ ਮਾਮਲੇ ਦਾ ਤੇ ਤੁਸੀਂ ਦੱਸ ਦਿਓ, ਅਦਰਵਾਈਜ਼ ਇਹਦੀ ਸੁਣਵਾਈ ਆਪਾਂ 31 ਅਗਸਤ ਨੂੰ ਕਰਾਂਗੇ। ਤਾਂ ਦੱਸਦੇ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੇ ਵਕੀਲਾਂ ਦੀ ਉੱਥੇ ਫੌਜ ਖੜੀ ਸੀਗੀ, ਉਹਨੇ ਕੁਛ ਵੀ ਨਹੀਂ ਬੋਲਿਆ। ਮਤਲਬ ਉਹਨਾਂ ਨੇ ਕਿਹਾ ਕਿ ਜੇ ਕੋਈ ਜ਼ਰੂਰੀ ਆ ਕੰਮ ਤੇ ਤੁਸੀਂ ਗੱਲ ਦੱਸ ਸਕਦੇ ਹੋ। ਤਾਂ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ, ਮਤਲਬ ਕਿ ਇਹਨਾਂ ਦੀ ਨਿਗਾਹ ਦੇ ਵਿੱਚ ਸ਼ਾਇਦ ਜ਼ਰੂਰੀ ਮਸਲਾ ਨਹੀਂ ਸੀਗਾ। ਤਾਂ ਇਹਨਾਂ ਨੇ ਕੁਛ ਵੀ ਨਹੀਂ ਕਿਹਾ। ਜਾਂ ਹੋ ਸਕਦਾ ਸੀਗਾ ਕਿ ਜੇ ਇਹ ਕਹਿੰਦੇ ਕਿ ਹਾਂਜੀ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਇਹੋ ਜਿਹੇ ਹੋਏ ਪਏ ਆ ਕਿ ਇਸ ਕੇਸ ਨੂੰ ਐਮਰਜੈਂਸੀ ਸੁਣਿਆ ਜਾਣਾ ਚਾਹੀਦਾ, ਤਾਂ ਹੋ ਸਕਦਾ ਸੀ ਕੋਈ ਤਰੀਕ ਹੀ ਲਾਗੇ ਮਿਲ ਜਾਂਦੀ, ਜਾਂ ਹੋ ਸਕਦਾ ਸੀਗਾ ਕਿਸੇ ਪੱਖ ਤੋਂ ਵਿਚਾਰਿਆ ਜਾਂਦਾ, ਕਿਉਂਕਿ ਇਹ ਤੇ ਆਪਾਂ ਨੂੰ ਵੀ ਪਤਾ ਕਿ ਇਹਦੇ ਵਿੱਚ 2-3 ਘੰਟੇ ਲਾਜ਼ਮੀ ਚਾਹੀਦੇ ਸਨ ਕੋਰਟ ਨੂੰ, ਤੇ ਕਈ ਵਾਰ ਸਮਾਂ ਜਿਹੜਾ ਨਹੀਂ ਹੁੰਦਾ ਅਦਾਲਤ ਕੋਲ ਕਿਉਂਕਿ ਬਹੁਤ ਜ਼ਿਆਦਾ ਬੋਝ ਆ ਕੰਮ ਦਾ। ਪਰ ਜੋ ਇਹਨਾਂ ਨੇ ਉੱਥੇ ਸੰਜੀਦਗੀ ਦਿਖਾਈ ਹੈ, ਜਿਸ ਤਰ੍ਹਾਂ ਦੀ ਇਹਨਾਂ ਨੇ ਗੰਭੀਰਤਾ ਦਿਖਾਈ ਹੈ, ਉਹ ਅਸਲ ਦੇ ਵਿੱਚ ਇੱਕ ਅਸਲੀ ਚਿਹਰਾ ਪੇਸ਼ ਕਰਦੀ ਹੈ ਸਰਕਾਰ ਦਾ, ਕਿ ਇਹ ਖੁਦ ਲਮਕਾਉਣਾ ਚਾਹੁੰਦੇ ਆ। ਕਿਉਂਕਿ ਉਸ ਰਿਪੋਰਟ ਦੇ ਵਿੱਚ ਬਹੁਤ ਕੁਛ ਆ, ਉਸ ਰਿਪੋਰਟ ਦੇ ਵਿੱਚ ਨਾ ਸਿਰਫ ਨੇਤਾਵਾਂ ਦਾ ਜ਼ਿਕਰ ਆ ਜਾਂਦਾ, ਉਸ ਰਿਪੋਰਟ ਦੇ ਵਿੱਚ ਇਹਨਾਂ ਦੇ ਅਫਸਰ ਵੀ ਆ ਜਾਂਦੇ ਆ, ਉਸ ਰਿਪੋਰਟ ਦੇ ਵਿੱਚ ਇੱਕ ਨੈਕਸਸ ਜਿਹੜਾ ਕਿ ਹੁਣ ਤੱਕ ਲੁਕਦਾ ਛਿਪਦਾ ਨਜ਼ਰ ਆਉਂਦਾ ਸੀਗਾ ਵੱਡੇ ਨਾਵਾਂ ਦੇ ਆੜ ਹੇਠ, ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਉਜਾਗਰ ਹੁੰਦਾ। ਤਾਂ ਇਹ ਚਾਹੁੰਦੇ ਆ ਕਿ ਲਮਕੀ ਜਾਵੇ ਮਾਮਲਾ, ਲਮਕੀ ਜਾਵੇ, ਜਦ ਤੱਕ ਲਮਕਦਾ ਤਦ ਤੱਕ ਸਾਨੂੰ ਸੁੱਖ ਦਾ ਸਾਹ ਆਉਂਦਾ, ਉਦੋਂ ਤੱਕ ਠੀਕ ਠਾਕ ਆ। ਤਾਂ ਹੁਣ ਦੇਖਦੇ ਹਾਂ ਕਿ 31 ਅਗਸਤ ਨੂੰ ਕੀ ਕਰਦੇ ਆ। ਵੈਸੇ ਦੇਖਣ ਵਾਲੀ ਗੱਲ ਤੇ ਇਹ ਆ ਕਿ ਪੰਜਾਬ ਦੇ ਵਿੱਚ ਜੋ ਕੰਮ ਚੱਲਦਾ ਪਿਆ ਉਹਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਟਾਫਟ ਹੋਣੀਆਂ ਚਾਹੀਦੀਆਂ ਸੀ। ਬਹਰਹਾਲ
ਉੱਥੇ ਜੋ ਵੀ ਵਾਪਰਿਆ ਹਾਈਕੋਰਟ ਦੇ ਵਿੱਚ ਉਹਦੇ ਤੇ ਤਾਂ ਭਾਵੇਂ ਕੋਈ ਜ਼ੋਰ ਨਹੀਂ ਹੈ, ਪਰ ਜੋ ਕੁਛ ਪੰਜਾਬ ਦੇ ਵਿੱਚ ਵਾਪਰਦਾ ਪਿਆ ਉਹ ਸਾਫ਼ ਤੌਰ ਤੇ ਸੰਕੇਤ ਆ ਕਿ ਸਰਕਾਰ ਜਿਹੜੀ ਆ ਪਬਲਿਕ ਡੋਮੇਨ ਦੇ ਵਿੱਚ ਆ ਕੇ ਕੁਛ ਕਹਿੰਦੀ ਆ, ਪਰ ਜਿੱਥੇ ਕਰਨ ਦੀ ਵਾਰੀ ਆਉਂਦੀ ਹੈ, ਜਿੱਥੇ ਸਰਕਾਰ ਨੇ ਕਰਨਾ ਹੁੰਦਾ ਉੱਥੇ ਕੁਛ ਕਰਦੀ ਆ। ਯਾਨੀ ਰਾਜਨੀਤੀ ਆਪਣੀ ਥਾਂ ਤੇ ਉਹ ਖੇਡਦੀ ਪਈ ਹੈ ਸਰਕਾਰ, ਲੋਕਾਂ ਨੂੰ ਖੁਸ਼ ਹੈ ਜਿਹੜਾ ਉਹ ਆਪਣੇ ਢੰਗ ਨਾਲ ਕਰੀ ਜਾਂਦੀ ਆ। ਜੀ ਜੀ, ਅਤੇ ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਮਹਿਲ ਚੌਕਸੀ ਵੱਲੋਂ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਦੇ ਚਰਚੇ ਆ। ਮਹਿਲ ਚੌਕਸੀ ਦੇਖੋ ਨਾ ਹੀ ਉਹਦਾ ਨਾ ਬੜਾ ਮੈਨੂੰ ਤਾਂ ਨਾ ਬਹੁਤ ਨਾ ਜਿੱਦਾਂ ਨਾ ਇੱਕ ਤਰ੍ਹਾਂ ਪ੍ਰਭਾਵਿਤ ਕਰਦਾ ਕਿ ਚੌਕਸੀ ਬੰਦੇ ਨੇ ਕਿਆ ਚੌਕਸੀ ਰੱਖੀ ਆ, ਸਾਰਾ ਦਾਅ ਮਾਰਿਆ ਮੌਕੇ ਤੇ, ਫਿਰ ਉਹ ਕਿੱਦਾਂ ਨੱਠ ਗਿਆ ਮਾਮਾ ਪਾਂਜਾ, ਫਿਰ ਉਸ ਤੋਂ ਬਾਅਦ ਹੁਣ ਚਰਚਾ ਇਹ ਚੱਲਦੀ ਪਈ ਆ ਕਿ ਉਹਨੇ ਕਿਸੇ ਦੇਸ਼ ਦੀ ਨਾਗਰਿਕਤਾ ਲੈ ਲਈ ਆ। ਵੈਸੇ ਵਿੱਚੋਂ ਵਿੱਚ ਇਹ ਖਬਰ ਆਉਂਦੀ ਸੀ ਉਹ ਸਿੰਗਾਪੁਰ ਆ, ਕੋਈ ਕਹਿੰਦਾ ਅਮਰੀਕਾ, ਕੋਈ ਕਹਿੰਦਾ ਲੰਡਨ ਆ, ਕੋਈ ਕਿਤੇ ਕੋਈ ਕਿਤੇ। ਸੋ ਕਈ ਲੋਕ ਇਹ ਵੀ ਕਹਿੰਦੇ ਸੀਗੇ ਕਿ ਸਾਡਾ ਪ੍ਰਧਾਨ ਮੰਤਰੀ ਉਹਨੂੰ ਤੇ ਵਹਿੰਦਾ ਫਿਰਦਾ, ਕਦੇ ਸੰਸਾਰ ਦੇ ਇਸ ਕੋਨੇ ਚ, ਕਦੇ ਸੰਸਾਰ ਦੇ ਉਸ ਕੋਨੇ ਚ, ਹੁਣ ਰਵਾਂਡਾ ਰਵਾਨਾ ਹੋ ਗਿਆ। ਖੈਰ ਤਾਂ ਮੇਲ ਚੌਕਸੀ ਬਾਰੇ ਇਹ ਜਿਹੜਾ ਨਵਾਂ ਚਰਚਾ ਚੱਲਿਆ, ਅੱਜ ਦੇ ਕਾਫੀ ਵੱਡੇ ਅਖਬਾਰਾਂ ਨੇ ਵੀ ਇਹ ਮਾਮਲਾ ਜਿਹੜਾ ਰਿਪੋਰਟ ਕੀਤਾ, ਇਹਦੇ ਚ ਦੱਸਿਆ ਗਿਆ ਕਿ ਇਹਨੇ ਇੱਕ ਕੈਰੇਬੀਅਨ ਦੇਸ਼ ਦੇ ਵਿੱਚ ਜਿਹੜਾ ਕਿ ਐਂਟੀਗਾ ਸ਼ਾਇਦ ਉਸ ਦੇਸ਼ ਦੇ ਵਿੱਚ ਇਹਨੇ ਜਾ ਕੇ ਨਾਗਰਿਕਤਾ ਹਾਸਲ ਕਰ ਲਈ ਹੈ, ਯਾਨੀ ਉੱਥੋਂ ਦਾ ਪਾਸਪੋਰਟ ਲੈ ਲਿਆ ਤੇ ਉਹਦੇ ਬਦਲੇ ਇਹਨੇ 1,30,00,000 ਰੁਪਇਆ ਜਿਹੜਾ ਉਹ ਉੱਥੇ ਭਰਿਆ ਵਾ। ਸੋ ਇਸ ਦੇਸ਼ ਦੇ ਵਿੱਚ ਦੱਸਦੇ ਆ ਕਿ ਇਸ ਤਰੀਕੇ ਨਾਲ ਨਾਗਰਿਕਤਾ ਜਿਹੜੀ ਆ ਜਾ ਕੇ ਹਾਸਲ ਕੀਤੀ ਜਾ ਸਕਦੀ ਆ ਕਿ ਤੁਸੀਂ ਡਿਵੈਲਪਮੈਂਟ ਫੰਡ ਦੇ ਵਿੱਚ ਇਨਵੈਸਟ ਕਰ ਦਿਓ, ਜਾਂ ਜਿਹੜੀਆਂ ਹੋਰ ਕੋਈ ਛੋਟੀਆਂ ਮੋਟੀਆਂ ਉਹਨਾਂ ਦੀਆਂ ਫਾਰਮੈਲਿਟੀਆਂ ਨੇ ਉਹ ਪੂਰੀਆਂ ਕਰ ਦਿਓ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਪਾਸਪੋਰਟ ਦੇ ਦਿੱਤਾ ਜਾਂਦਾ। ਕਈ ਇਹਨਾਂ ਦੇ ਦੇਸ਼ ਇਸ ਤਰ੍ਹਾਂ ਦੇ ਹੀ ਆ, ਐਂਟੀਗਾ ਕਿਉਂਕਿ ਛੋਟੇ ਛੋਟੇ ਦੇਸ਼ ਆ, ਤਾਂ ਕਈ ਇਸ ਤਰ੍ਹਾਂ ਦੇ ਦੇਸ਼ ਆ ਦੱਸਦੇ ਆ ਕਿ ਜਿਹੜੇ ਉੱਥੇ ਤੁਸੀਂ ਭਾਵੇਂ ਨਹੀਂ ਵੀ ਪਹੁੰਚੇ, ਉਹਨਾਂ ਦੀਆਂ ਫਾਰਮੈਲਿਟੀਆਂ ਤੁਸੀਂ ਆਨਲਾਈਨ ਜੇ ਪੂਰੀਆਂ ਕਰ ਦਿੱਤੀਆਂ ਤੇ ਤਾਂ ਵੀ ਮਸਲਾ ਹੱਲ ਹੋ ਜਾਂਦਾ, ਜਿੱਦਾਂ ਬਾਰਾ ਮੁੱਢਾ ਦਾ ਜ਼ਿਕਰ ਕੀਤਾ ਜਾਂਦਾ। ਉੱਥੇ ਦੱਸਦੇ ਆ ਕਿ ਜੇ ਤੁਸੀਂ ਨਾਗਰਿਕਤਾ ਲੈਣੀ ਹੈ ਤਾਂ ਉਹਦੀ ਕੀਮਤ ਜਿਹੜੀ ਆ ਉਹ ਇਹਦੇ ਤੋਂ ਵੀ ਘੱਟ ਆ ਜਿਹੜੀ ਇਹਨੇ ਚੁਕਾਈ ਆ। ਤਾਂ ਕਈ ਹੋਰ ਦੇਸ਼ ਦੱਸੇ ਜਾ ਰਹੇ ਆ, ਵੱਖ ਵੱਖ ਦੇਸ਼ ਦੱਸੇ ਜਾ ਰਹੇ ਆ ਕਿ ਉਹਨਾਂ ਲਈ ਤੇ ਕਈਆਂ ਲਈ ਬਹੁਤ ਘੱਟ ਫੀਸ ਜਿਹੜੀ ਆ ਭਰਨੀ ਪੈਂਦੀ ਆ। ਤਾਂ ਇਸ ਤਰ੍ਹਾਂ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਦੇ ਲੋਕ ਆ ਉਹ ਜਦੋਂ ਇੱਕ ਦੇਸ਼ ਦੇ ਵਿੱਚੋਂ ਠੱਗੀ ਠੋਰੀ ਕਰਕੇ ਭੱਜਦੇ ਆ ਤਾਂ ਫਿਰ ਇਹ ਇਸ ਤਰ੍ਹਾਂ ਦਾ ਹੀ ਕੰਮ ਕਰਦੇ ਆ, ਯਾਨੀ ਥੋੜੀ ਜਿਹੀ ਰਾਸ਼ੀ ਭਰ ਦਿੱਤੀ, ਥੋੜੀਆਂ ਜਿਹੀਆਂ ਜਿਹੜੀਆਂ ਫਾਰਮੈਲਿਟੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ, ਉਸ ਤੋਂ ਬਾਅਦ ਨਾਗਰਿਕਤਾ ਹਾਸਲ ਕਰ ਲੈਂਦੇ ਔਰ ਦੇਸ਼ ਉਹ ਚੁਣਦੇ ਆ ਜਿਹਦੇ ਨਾਲ ਇਹਨਾਂ ਦੀ ਹਵਾਲਗੀ ਸੰਧੀ ਨਾ ਹੋਵੇ। ਤਾਂ ਇਹ ਹੁਣ ਚੌਕਸੀ ਬਾਰੇ ਜਿਹੜੀ ਖਬਰ ਆਉਂਦੀ ਪਈ ਆ, ਵੈਸੇ ਚੌਕਸੀ ਬਾਰੇ ਕੱਲ ਵੀ ਖਬਰ ਆਉਣ ਡਈ ਸੀ, ਕਹਿੰਦਾ ਕਿ ਜੀ ਮੈਂ ਦੇਸ਼ ਦੇ ਵਿੱਚ ਤੇ ਮੋੜਾ ਵਾ ਜਿਹੜਾ ਮਾਹੌਲ ਬਣਿਆ ਪਿਆ, ਭੀੜ ਨੇ ਕੁੱਟ ਕੁੱਟ ਕੇ ਮੈਨੂੰ ਮਾਰ ਦੇਣਾ ਕਿਉਂਕਿ ਭੀੜਾਂ ਤੇ ਹਲਕੀਆਂ ਹੋਈਆਂ ਫਿਰਦੀਆਂ, ਯਾਨੀ ਉਹ ਦੇਸ਼ ਦੇ ਵਿੱਚ ਜਿਹੜੀ ਭੀੜ ਪਈ ਆ, ਭੀੜ ਬਣੀ ਪਈ ਆ, ਉਹਦਾ ਵੀ ਫਾਇਦਾ ਲੈਣ ਨੂੰ ਫਿਰਦਾ, ਕਹਿੰਦਾ ਜੀ ਭੀੜ ਮੈਨੂੰ ਕੁੱਟੂਗੀ ਬਹੁਤ, ਮੈਂ ਨੀ ਆਉਣਾ। ਸੋ ਹੁਣ ਇਸ ਮਾਮਲੇ ਦੇ ਵਿੱਚ ਕੋਈ ਠੋਸ ਜਾਣਕਾਰੀ ਤੇ ਨਹੀਂ ਹੈ, ਪਰ ਨਿਕਲ ਕੇ ਇਹੀ ਗੱਲ ਆਉਂਦੀ ਪਈ ਆ ਕਿ ਸ਼ਾਇਦ ਮੇਹਲ ਚੌਕਸੀ ਨੇ ਉੱਥੋਂ ਦੀ ਨਾਗਰਿਕਤਾ ਐਂਟੀਗਾ ਦੀ ਲੈ ਲਈ ਆ। ਪਰ ਜੇ ਲੈ ਲਈ ਆ ਮੇਰੇ ਖਿਆਲ ਦੇ ਨਾਲ ਇਹ ਤੇ ਦੂਸਰਿਆਂ ਨੂੰ ਵੀ ਰਸਤਾ ਦੱਸਣ ਵਾਲੀ ਗੱਲ ਆ ਕਿ ਬਹੁਤਾ ਪੈਸਾ ਜੋੜਨ ਦੀ ਜ਼ਰੂਰਤ ਨਹੀਂ, ਤੁਸੀਂ 2 ਕਰੋੜ ਰੁਪਇਆ ਸੇਟ ਕਰੋ, ਉਹਦੇ ਚੋਂ ਕੀ ਆ ਕਿ 60-70 ਲੱਖ ਰੁਪਇਆ ਜਿਹੜਾ ਉਹ ਇੱਥੇ ਕੁਛ ਨੇਤਾਵਾਂ ਨੂੰ ਕੁਛ ਅਫਸਰਾਂ ਨੂੰ ਵੰਡ ਦਿਓ, ਉਹ ਤੋਂ ਬਾਅਦ ਚੰਗਾ ਪੈਸਾ ਜਿਹੜਾ ਉਹ ਮਗਰੇ ਚ ਪਾਓ, ਪੰਡ ਦੇ ਵਿੱਚ ਪਾਓ, ਉਹ ਤੋਂ ਬਾਅਦ ਤੁਸੀਂ ਉਡਾਰੀ ਮਾਰੋ ਤੇ ਉਹ ਜਿਹੜਾ 1,30,00,000 ਰੁਪਇਆ ਤੁਹਾਡਾ ਉਹ ਤੁਹਾਨੂੰ ਕੰਮ ਦੇਊਗਾ, ਤੁਸੀਂ ਨਾਗਰਿਕਤਾ ਲੈ ਲਓ। ਮਤਲਬ ਕਿ 2 ਕਰੋੜ ਇਨਵੈਸਟ ਜੇ ਤੁਸੀਂ ਕਰ ਦਿੰਦੇ ਹੋ ਤਾਂ ਜਿੰਨੇ ਮਰਜ਼ੀ 100 ਕਰੋੜ ਉਹਦੇ ਬਦਲੇ ਤੁਸੀਂ ਇੱਥੋਂ ਲੈ ਜਾਓ, ਆਸਾਨੀ ਨਾਲ ਕੋਈ ਮੁਸ਼ਕਲ ਨਹੀਂ ਆਊ। ਜੀ ਜੀ, ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਉਸ ਵੱਲ ਵੱਧਦੇ ਹਾਂ, ਕਹਿੰਦੇ ਅਧਿਆਪਕਾਂ ਨਾਲ ਸਰਕਾਰ ਦਾ ਜਿਹੜਾ ਟਕਰਾਅ ਆ ਉਹ ਵਧਿਆ ਆ। ਅਧਿਆਪਕਾਂ ਦਾ ਜਿਹੜਾ ਮਸਲਾ ਆ ਉਹ ਇਸ ਕਰਕੇ ਕਾਫੀ ਉਲਝਿਆ ਕਿਉਂਕਿ ਇਹਨਾਂ ਨੇ ਆਪ ਹੀ ਲਾਰੇ ਲਾਏ ਸੀ, ਕਈ ਪ੍ਰਕਾਰ ਦੇ ਇਹਨਾਂ ਨੇ ਲਾਰੇ ਲਾਏ ਆ, ਵੈਸੇ ਤੇ ਵੱਖ ਵੱਖ ਵਰਗਾਂ ਦੇ ਨਾਲ, ਅਧਿਆਪਕਾਂ ਦੇ ਨਾਲ ਵੀ ਇਹਨਾਂ ਨੇ ਲਾਇਆ ਸੀਗਾ ਇੱਕ ਵਾਅਦਾ ਇਹ ਲਾਇਆ ਸੀਗਾ ਕਿ ਦੇਖੋ ਜੇ ਅਸੀਂ ਸਰਕਾਰ ਦੇ ਵਿੱਚ ਆ ਗਏ ਤੇ ਤੁਹਾਨੂੰ ਪੱਕੀਆਂ ਕਰ ਦਿਆਂਗੇ, ਰੈਗੂਲਰ ਕਰ ਦਿਆਂਗੇ। ਤਾਂ ਹੁਣ ਮਸਲਾ ਕੀ ਆ, ਮਸਲਾ ਇਹੋ ਹੀ ਆ ਕਿ ਅਧਿਆਪਕ ਆ ਜਿਹੜੇ ਉਹ ਕਹਿੰਦੇ ਆ ਕਿ ਲਿਆਓ ਭਾਈ ਸਾਡਾ ਜਿਹੜਾ ਵਾਅਦਾ ਪੂਰਾ ਕਰੋ, ਸਾਡੇ ਹੱਕ ਇੱਥੇ ਰੱਖ, ਪਰ ਇਹ ਟਾਲ ਮਟੋਲ ਵਾਲੀ ਨੀਤੀ ਤੇ ਆ। ਦੱਸਦੇ ਆ ਕਿ ਇਹਨਾਂ ਨੇ ਫਿਰ ਮੀਟਿੰਗ ਰੱਖੀ ਸੀ ਮੰਗਲਵਾਰ
ਕਿ ਤੁਹਾਡੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਵਾ ਦਿੰਦੇ ਹਾਂ। ਕਮਾਲ ਦੀ ਗੱਲ ਹੈ ਕਿ ਦੂਜੀ ਦਫਾ ਮੁੱਖ ਮੰਤਰੀ ਹੈ ਜਿਹੜਾ ਮੀਟਿੰਗ ਰੱਖ ਕੇ ਇਹਨਾਂ ਦੇ ਨਾਲ ਮੀਟਿੰਗ ਕਰਨ ਨਹੀਂ ਆਇਆ, ਤਾਂ ਫਿਰ ਮੀਟਿੰਗ ਕਰਨ ਲਈ ਆਇਆ ਉਹ ਦਸਵੀਂ ਮਾਰਕਾ ਜਿਹੜਾ ਇੱਥੋਂ ਦਾ ਪੜ੍ਹਾਈ ਮੰਤਰੀ ਆ ਓਮ ਪ੍ਰਕਾਸ਼ ਸੋਨੀ, ਉਹਦੇ ਨਾਲ ਗੱਲਬਾਤ ਹੋਈ ਆ, ਪਰ ਗੱਲਬਾਤ ਜਿਹੜੀ ਆ ਉਹ ਇਹਨਾਂ ਦੀ ਸਿਖਰ ਨਹੀਂ ਚੜ੍ਹੀ, ਤੋੜ ਨਹੀਂ ਚੜ੍ਹੀ, ਕਿਉਂਕਿ ਉਹਨੇ ਉਲਟਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜੋ ਅਧਿਆਪਕ ਆਗੂ ਕਹਿੰਦੇ ਆ, ਕਹਿੰਦੇ ਉਹ ਕਹਿੰਦਾ ਕਿ ਜੇ ਤੁਸੀਂ ਧਰਨੇ ਲਾ ਕੇ ਵੇਖਣੇ ਤੇ ਧਰਨੇ ਲਾ ਕੇ ਵੇਖ ਲਓ, ਤੁਹਾਡਾ ਇਲਾਜ ਕਰ ਦਿਆਂਗੇ, ਮਤਲਬ ਕਿ ਤੁਹਾਨੂੰ ਪੱਕੇ ਘਰ ਨੂੰ ਤੋੜ ਦਿਆਂਗੇ। ਤੋ ਇਸ ਤਰ੍ਹਾਂ ਇਹ ਜਿਹੜੀ ਮੀਟਿੰਗ ਸੀਗੀ ਉਹ ਕਸ਼ੀਦਗੀ ਭਰੀ ਹੋ ਗਈ, ਜੋ ਮੀਟਿੰਗ ਨੇ ਨਿਬੇੜਾ ਕਰਨਾ ਸੀਗਾ ਨਿਬੇੜੇ ਦੀ ਥਾਂ ਤੇ ਤੋੜ ਵਿਛੋੜਾ ਕਰ ਗਈ। ਤਾਂ ਹੁਣ ਜਿਹੜੇ ਅਧਿਆਪਕ ਆਗੂ ਆ ਸ਼ਰੇਆਮ ਕਹਿੰਦੇ ਪਏ ਕਿ ਅਸੀਂ ਹੁਣ ਸਰਕਾਰ ਦੇ ਨਾਲ ਟਾਕਰਾ ਲਵਾਂਗੇ, ਜਿੱਦਾਂ ਅੱਗੇ ਕਰਦੇ ਰਹੇ ਹਾਂ ਹੁਣ ਫੇਰ ਕਰਾਂਗੇ, ਕਿਉਂਕਿ ਅੱਗੇ ਇਲੈਕਸ਼ਨ ਆਉਣਾ ਪੰਚਾਇਤ ਦਾ, ਇਹ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਹੁੰਦੀਆਂ ਉਹ ਇਹੋ ਜਿਹਾ ਮੌਕਾ ਦੇਖ ਲੈਂਦੀਆਂ ਕਿ ਹੁਣ ਮੌਕਾ ਆ ਗਿਆ, ਦਬਾਅ ਬਣਾ ਕੇ ਦੇਖੋ, ਜੇ ਮੰਨ ਗਏ ਠੀਕ ਹੈ, ਲੱਗ ਗਿਆ ਤੀਰ ਨਹੀਂ ਤੇ ਤੁੱਕਾ ਸੀ, ਬਣੀ ਤੋਂ ਬਣੀ ਨਹੀਂ ਤੋਂ ਅਬਦਲ ਗਣੀ, ਤਾਂ ਜੇ ਨਹੀਂ ਤਾਂ ਫਿਰ ਇਹ ਵੋਟਾਂ ਨਾਲ ਦਾ ਕੰਮ ਜਦੋਂ ਆਇਆ ਸਿਰੇ ਤੇ ਤਾਂ ਫਿਰ ਉਦੋਂ ਖਰਾਬ ਕਰਾਂਗੇ ਆਪੇ, ਦਬਾਅ ਚ ਆਊਗੀ ਸਰਕਾਰ। ਤਾਂ ਲੱਗਦਾ ਇਹੋ ਹੀ ਆ ਕਿ ਪੰਚਾਇਤੀ ਚੋਣਾਂ ਔਰ ਜਿਹੜੀਆਂ ਬਾਅਦ ਦੇ ਵਿੱਚ ਜਨਰਲ ਚੋਣਾਂ ਆਉਣੀਆਂ, ਇਹਨਾਂ ਚੋਣਾਂ ਦੇ ਮੱਦੇਨਜ਼ਰ ਹੁਣ ਅਧਿਆਪਕ ਜਥੇਬੰਦੀਆਂ ਨਹੀਂ ਦੂਸਰੀਆਂ ਸੰਗਠਨ ਜਥੇਬੰਦੀਆਂ ਜਿਹੜੀਆਂ ਉਹ ਵੀ ਮੈਦਾਨ ਚ ਨਿਤਰਨਗੀਆਂ। ਮਸਲਾ ਜਿਹੜਾ ਉਹ ਖਾਸ ਤੌਰ ਤੇ ਇੱਕ ਅਧਿਆਪਕ ਜਥੇਬੰਦੀ ਦਾ ਬਹੁਤ ਪਚੀਦਾ, ਜਿੱਦਾਂ ਤੁਸੀਂ ਉਦਾਹਰਨ ਦੇ ਤੌਰ ਤੇ ਲੈ ਲਓ, ਜਿਹੜੇ ਅਧਿਆਪਕ ਇਹਨਾਂ ਨੇ 2011 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਦੇ ਬਾਅਦ ਇੱਕ ਯੋਗਤਾ ਨਿਰਧਾਰਿਤ ਕਰਕੇ ਲਗਭਗ ਉਹ 1.5 ਲੱਖ ਚੋਂ ਨਿਤਰੇ ਸੀਗੇ 5,000, ਤਾਂ ਇਹ IAS ਲੈਵਲ ਦਾ ਟੈਸਟ ਸੀਗਾ। ਇਹਦੇ ਵਿੱਚ ਦੇਖ ਲਓ ਕਿ 150 ਪ੍ਰਸ਼ਨ ਹੱਲ ਕਰਨ ਲਈ ਸਿਰਫ 90 ਮਿੰਟ ਦਾ ਸਮਾਂ ਦਿੱਤਾ ਜਾਂਦਾ। ਤਾਂ ਜਦੋਂ 2012 ਦੇ ਵਿੱਚ ਸਰਕਾਰ ਨੇ ਇਹ ਮਲਾਈ ਕਹੀ ਗਈ ਸੀਗੀ ਅਧਿਆਪਕਾਂ ਦੀ ਕਿ ਮਲਾਈ ਅਸੀਂ ਛਾਣ ਲਈ ਆ, ਤਾਂ ਫਿਰ ਇਹਨਾਂ ਨੂੰ ਜਦੋਂ ਭਰਤੀ ਕੀਤਾ ਗਿਆ ਤਾਂ ਉਹਦੇ ਵਿੱਚ 200 ਰੁਪਇਆ ਦਿਹਾੜੀ ਤੇ ਰੱਖਿਆ ਗਿਆ ਇਹਨਾਂ ਨੂੰ, ਭਾਵ 6,000 ਰੁਪਇਆ ਪ੍ਰਤੀ ਮਹੀਨਾ ਤਨਖਾਹ ਤੇ। ਤੇ ਇਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਦੇਖੋ 3 ਸਾਲ ਦੇ ਠੇਕੇ ਤੇ ਤੁਹਾਨੂੰ ਅਸੀਂ ਰੱਖਿਆ, ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ 3 ਸਾਲਾਂ ਬਾਅਦ ਪੂਰੇ ਪੇ ਸਕੇਲ ਤੇ ਰੈਗੂਲਰ ਕਰ ਲਵਾਂਗੇ। ਹੁਣ ਨਵੰਬਰ 2017 ਚ ਇਹਨਾਂ ਦੀ ਜਿਹੜੀ ਉਹ 3 ਸਾਲ ਦੀ ਮਿਆਦ ਸੀਗੀ ਉਹ ਪੂਰੀ ਹੋ ਗਈ ਹੈ। ਹੁਣ ਦੇਖੋ ਇੱਕ MA MPhil PhD ਇਹ ਸਾਰੇ ਅਧਿਆਪਕ ਹੈ ਜਿਹੜੇ ਉਹ 6,000 ਰੁਪਏ ਤੇ 3 ਸਾਲ ਤੋਂ ਗੁਜ਼ਾਰਾ ਕਰ ਰਿਹਾ, 3 ਸਾਲ ਨਹੀਂ ਹੁਣ ਤੇ 4th ਸਾਲ ਵੀ ਪੂਰਾ ਹੋਣ ਵਾਲਾ। ਤਾਂ ਉਹਨਾਂ ਦਾ ਇਹੀ ਤਰਕ ਹੈ, ਉਹਨਾਂ ਦੀ ਇਹੋ ਹੀ ਦਲੀਲ ਆ ਕਿ ਦੇਖੋ ਇੱਕ ਤੇ ਅਸੀਂ ਇੰਨੀ ਔਖੀ ਪੜ੍ਹਾਈ ਕੀਤੀ, ਇੰਨਾ ਔਖਾ ਟੈਸਟ ਪਾਸ ਕੀਤਾ IAS ਲੈਵਲ ਦਾ, ਉੱਤੋਂ ਅਸੀਂ 3 ਸਾਲ ਕੱਚੀ ਤਨਖਾਹ ਤੇ ਕੰਮ ਕੀਤਾ, ਰੱਬ ਦਾ ਵਾਸਤਾ ਹੁਣ ਤੇ ਕੋਈ ਡੱਡਾ ਭੋਰ ਦਿਓ। ਤਾਂ ਫਿਰ ਵੀ ਇਹ ਗੱਲ ਨਹੀਂ ਸੁਣਦੇ, ਉੱਤੋਂ ਇਹ ਧਮਕੀਆਂ, ਤਾਂ ਮੇਰੇ ਖਿਆਲ ਦੇ ਨਾਲ ਇਹ ਕਿਰਤ ਦੀ ਬਹੁਤ ਵੱਡੀ ਲੁੱਟ ਆ। 6,000 ਰੁਪਇਆ ਤੁਸੀਂ ਦੇਖ ਲਓ, 6,000 ਰੁਪਇਆ ਤੇ ਅੱਜ ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਦਿਹਾੜੀਦਾਰ ਮਜ਼ਦੂਰ ਹੈ ਮੇਰੇ ਖਿਆਲ ਦੇ ਨਾਲ ਉਹ ਵੀ ਜ਼ਿਆਦਾ ਇਨਕਮ ਇੱਥੋਂ ਰੱਖਦਾ ਜਿਹਦੀ ਰੈਗੂਲਰ ਦਿਹਾੜੀ ਏਦਾਂ ਪੈਂਦੀ ਆ, ਚਾਹੇ ਉਹ ਕਿਸੇ ਵੀ ਕਾਰਖਾਨੇ ਚ ਕੰਮ ਕਰਦਾ ਚਾਹੇ ਖੇਤ ਚ ਕੰਮ ਕਰਦਾ। ਤਾਂ ਇਹਨਾਂ ਨੂੰ ਜਿਹੜੀ 200 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ, ਤਾਂ ਇਹ ਕਿਤੇ ਨਾ ਕਿਤੇ ਅਨਿਆਇ ਆ। ਮੈਂ ਵੈਸੇ ਜਦੋਂ ਇਹੋ ਜਿਹਾ ਮਾਮਲਾ ਆਉਂਦਾ ਨਾ ਕਈ ਵਾਰ ਕੋਟੇਸ਼ਨ ਯਾਦ ਕਰਦਾ ਹੁੰਦਾ, ਜਰਮਨ ਦੀ ਸੀਗੀ ਸ਼ਾਇਦ, ਦੱਸਦੇ ਆ ਕਿ ਉੱਥੋਂ ਕੁਛ ਵਿਗਿਆਨੀ ਸੀਗੇ ਜਿਹੜੇ ਉਹ ਚਾਂਸਲਰ ਕੋਲ ਗਏ ਕਿਉਂਕਿ ਉੱਥੋਂ ਦਾ ਮੁਖੀ ਚਾਂਸਲਰ ਹੁੰਦਾ। ਤਾਂ ਉਸ ਸਮੇਂ ਜਿਹੜਾ ਚਾਂਸਲਰ ਸੀ ਉਹਨੂੰ ਵਿਗਿਆਨੀਆਂ ਨੇ ਜਾ ਕੇ ਆਖਿਆ ਕਿ ਸਾਡੀ ਤਨਖਾਹ ਵਧਾਓ ਤੇ ਸਾਡੀ ਤਨਖਾਹ ਜਿਹੜੀ ਉਹਦੇ ਚ ਇੰਨਾ ਵਾਧਾ ਕਰਨਾ ਚਾਹੀਦਾ। ਤੇ ਚਾਂਸਲਰ ਨੇ ਕਿਹਾ ਦੇਖੋ ਮੈਂ ਤੁਹਾਡੀ ਗੱਲ ਮੋੜਦਾ ਨੀ, ਤੁਸੀਂ ਬਹੁਤ ਅਹਿਮ ਯੋਗਦਾਨ ਪਾਉਂਦੇ ਹੋ ਦੇਸ਼ ਦੇ ਵਿਕਾਸ ਚ, ਪਰ ਰੌਲਾ ਹੈ ਕਿ ਜਿੰਨੀ ਤਨਖਾਹ ਤੁਸੀਂ ਕਹਿੰਦੇ ਜੇ ਤਨਖਾਹ ਤੁਹਾਡੀ ਉਨੀ ਮੈਂ ਕਰ ਦਿੰਦਾ ਤੇ ਫਿਰ ਤੁਹਾਡੀ ਤਨਖਾਹ ਜਿਹੜੀ ਅਧਿਆਪਕਾਂ ਤੋਂ ਵੱਧ ਹੋ ਜੂਗੀ। ਅਧਿਆਪਕਾਂ ਤੋਂ ਵੱਧ ਕਿਸੇ ਦੀ ਤਨਖਾਹ ਕਿਸੇ ਵੀ ਸੂਰਤ ਚ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਭਵਿੱਖ ਦੇ ਸਿਰ ਚੁੱਕਿਆ। ਪਰ ਇੱਥੇ ਮਾਮਲਾ ਜਿਹੜਾ ਗੁੰਝਲਦਾ ਰਿਹਾ, ਸੋ ਕਈ ਅਧਿਆਪਕ ਜਿਹੜੇ ਆ ਉਹ ਤਨਖਾਹ ਇਸ ਤਰ੍ਹਾਂ ਲੈ ਜਾਂਦੇ ਆ ਕਿ ਹਵਾ ਹਵਾਈ, ਕਈ ਜਿਹੜੇ ਅਧਿਆਪਕ ਆ ਉਹ ਬਹੁਤ ਮਿਹਨਤ ਕਰਦੇ ਆ ਪਰ ਉਹਨਾਂ ਨੂੰ ਉਹ ਪੂਰਾ ਨਹੀਂ ਪੈਂਦਾ ਜੋ ਦਿੱਤਾ ਜਾਂਦਾ। ਸੋ ਗੁੰਝਲਾ ਕਈ ਆ, ਪਰ ਮੇਰਾ ਖਿਆਲ ਇਹੋ ਹੀ ਆ ਕਿ ਅਧਿਆਪਕ ਨੂੰ ਫਾਈਨੈਂਸ਼ੀਅਲੀ ਪੂਰਾ ਨਿਰਭਰ ਰੱਖਣਾ ਚਾਹੀਦਾ ਔਰ ਕੰਮ ਉੱਤੋਂ ਠੋਕ ਵਜਾ ਕੇ ਲਿਆ ਜਾਣਾ ਚਾਹੀਦਾ, ਠੋਕ ਵਜਾ ਕੇ ਉੱਤੋਂ ਕੰਮ ਲਿਆ ਜਾਣਾ ਚਾਹੀਦਾ, ਜ਼ਿੰਮੇਵਾਰੀਆਂ ਨਿਰਧਾਰਿਤ ਕੀਤੀਆਂ ਜਾਣੀਆਂ ਚਾਹੀਦੀਆਂ। ਤਾਂ ਜਿਹੜੀ ਆਹ ਲੁੱਟ ਹੈ ਉਹਨਾਂ ਦੀ ਉਹ ਤੇ ਕਤਈ ਨਹੀਂ ਹੋਣੀ ਚਾਹੀਦੀ। ਜੇ ਅਧਿਆਪਕ ਦੀ ਤੁਸੀਂ ਲੁੱਟ ਕਰੋਗੇ ਤਾਂ ਫਿਰ ਅਧਿਆਪਕ ਤੁਹਾਨੂੰ ਕਿਸ ਤਰ੍ਹਾਂ ਦਾ ਭਵਿੱਖ ਦੇਣਗੇ। ਜ਼ਰੂਰ ਤੇ ਇਸ ਗੱਲ ਦੀ ਆ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਸੰਜੀਦਗੀ ਵਰਤੇ, ਜਿਹਨਾਂ ਲਈ ਤੁਸੀਂ ਦੇਖੋ ਟੈਸਟ ਹੀ ਜਦੋਂ ਨਿਰਧਾਰਿਤ ਕਰਤਾ ਏਡਾ ਔਖਾ ਕਿ 1.5 ਲੱਖ ਦੇ ਵਿੱਚ ਅਸੀਂ
ਤਾਂ ਜਿਹੜਾ 5,000 ਛਾਂਟਿਆ ਤੁਸੀਂ, ਘੱਟੋ ਘੱਟੋ ਉਹਨਾਂ ਨੂੰ ਤੇ ਸਰਕਾਰੀ ਪੂਰੀ ਸਹੂਲਤ ਉਹ ਦਿਓ ਨਾ ਜਿਹੜੀ ਤੁਸੀਂ ਦੂਜੇ ਮੁਲਾਜ਼ਮਾਂ ਨੂੰ ਦੇ ਰਹੇ ਹੋ ਪੱਕਿਆਂ ਨੂੰ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਬਾਦਲ ਨੂੰ ਨਵੀਂ ਗੱਡੀ ਦੇਣ ਤੋਂ ਨਾ। ਦੇਖੋ ਬਾਦਲ ਸਾਹਿਬ ਕੋਲ ਗੱਡੀ ਤੇ ਹੈਗੀ ਆ, ਕਾਫੀ ਪੁਰਾਣੀ ਆ ਗੱਡੀ ਵੈਸੇ ਉਹ ਜਿਹੜੀ ਆ, ਆਦੇ ਆ ਕਿ ਉਹ ਖਟਾਰਾ ਹੋਣ ਦੇ ਕਗਾਰ ਤੇ ਜਿਹਨੂੰ ਆਪਾਂ ਕੰਡਮ ਕਹਿ ਦਿੰਦੇ ਹਾਂ, ਪਰ ਉਹ ਤੋਂ ਪਹਿਲਾਂ ਹੀ ਇਹਨਾਂ ਨੇ ਕਈ ਗੱਡੀਆਂ ਮੰਗੀਆਂ ਸੀਗੀਆਂ। ਪੰਜਾਬ ਪੁਲਿਸ ਨੇ ਇੱਕ ਕੇਸ ਬਣਾ ਕੇ ਭੇਜਿਆ ਸੀਗਾ ਵਿੱਤ ਵਿਭਾਗ ਦੇ ਕੋਲ, ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਲਈ ਗੱਡੀ ਸੀਗੀ, ਜਿਹੜਾ ਡਿਪਟੀ CMC ਸਾਬਕਾ ਸੁਖਬੀਰ ਸਿੰਘ ਬਾਦਲ ਉਹਦੇ ਲਈ, ਕੁਛ ਪੁਲਿਸ ਦੇ ਆਲਾ ਅਧਿਕਾਰੀ ਹੈ ਜਿਹੜੇ ਉਹਨਾਂ ਲਈ, ਕੁਛ ਧਾਰਮਿਕ ਆਗੂਆਂ ਲਈ, ਕੁਛ ਹੋਰ ਤੁਹਾਨੂੰ ਪਤਾ ਹੀ ਇੱਥੇ VIP ਹੈ ਜਿਹੜੇ ਉਹ ਵਾਧੂ ਖੁੰਬਾ ਵਾਂਗੂ ਤੇ VIP ਜੰਮੇ ਪਏ ਹਨ, ਤਾਂ ਕੁਛ ਜਿਹੜੇ ਹੋਰ ਆਪ ਹੀ ਸੰਗਠਨ ਬਣਾ ਲੈਂਦੇ, ਆਪ ਹੀ ਆਪਣੇ ਆਪ ਨੂੰ ਆਗੂ ਐਲਾਨ ਦਿੰਦੇ ਅਸੀਂ ਫਲਾਣੇ ਧਰਮ ਦੇ ਆਗੂ ਹਾਂ, ਆਪ ਹੀ ਕਈ ਵਾਰ ਪੱਟ ਚ ਗੋਲੀਆਂ ਵੀ ਮਾਰ ਲੈਂਦੇ, ਆਪ ਗੰਨਮੈਨ ਲੈ ਲੈਂਦੇ, ਆਪ ਹੀ ਗੱਡੀਆਂ ਲੈ ਲੈਂਦੇ ਆ, ਤਾਂ ਕੁਛ ਉਹ ਵੀ ਆ। ਤਾਂ ਇਹਨਾਂ ਨੇ ਇੱਕ ਪ੍ਰਸਤਾਵ ਬਣਾ ਕੇ ਭੇਜਿਆ ਸੀਗਾ, ਸਾਰਾ ਕੇਸ ਬਣਾ ਕੇ ਭੇਜਿਆ ਸੀਗਾ, ਪਰ ਉਹ ਵਿੱਤ ਵਿਭਾਗ ਨੇ ਇਨਕਾਰ ਕਰ ਦਿੱਤਾ। ਤਾਂ ਉਹ ਜਿਹੜਾ ਇਨਕਾਰ ਕੀਤਾ, ਇਹਨਾਂ ਨੇ ਵੈਸੇ ਮੰਗਿਆ ਸੀਗਾ ਕਿ ਸਾਡੇ ਕੋਲ 187 ਵਾਹਨਾਂ ਦੇ ਵਿੱਚ 187 ਵਹੀਕਲਾਂ ਦੇ ਵਿੱਚੋਂ 118 ਕੰਡਮ ਹੋ ਚੁੱਕੇ ਆ, ਸੋ ਜ਼ਰੂਰਤ ਇਸ ਗੱਲ ਦੀ ਹੈ ਕਿ 36 ਜਿਪਸੀਆਂ ਦਿਓ, 2 ਫਾਰਚੂਨਰ ਗੱਡੀਆਂ ਦਿਓ। ਤੇ ਦੱਸਦੇ ਜਿਹੜੀਆਂ 2 ਫਾਰਚੂਨਰ ਗੱਡੀਆਂ ਮੰਗੀਆਂ ਜਾ ਰਹੀਆਂ ਸੀ, ਅਸਲ ਦੇ ਵਿੱਚ ਉਹ ਇੱਕ ਪ੍ਰਕਾਸ਼ ਸਿੰਘ ਬਾਦਲ ਲਈ ਸੀਗੀ, ਔਰ ਇੱਕ ਜਿਹੜਾ ਇਹਨਾਂ ਦਾ ਭਾਜਪਾ ਵਾਲਿਆਂ ਦਾ ਹੁਣ ਨਵਾਂ ਬਣਿਆ ਸ਼ਵੇਤ ਮਲਿਕ ਪ੍ਰਧਾਨ, ਇੱਕ ਇਹਦੇ ਲਈ ਸੀਗੇ। ਸੋ ਵਿੱਤ ਵਿਭਾਗ ਨੇ ਇਹਦੇ ਤੇ ਇਤਰਾਜ਼ ਲਾਇਆ, ਉਹ ਕਹਿੰਦੇ ਕਿ ਦੇਖੋ ਮਾਹੌਲ ਬਹੁਤ ਖਰਾਬ ਆ, ਖਜ਼ਾਨੇ ਦਾ ਇਤਰਾ ਨਾ ਕਰੋ। ਉਹ ਕਹਿੰਦੇ ਆ ਕਿ ਦੇਖੋ ਇਹ ਜਿਹੜੀਆਂ ਗੱਡੀਆਂ ਨੇ, ਇਹ ਗੱਡੀਆਂ ਤੁਸੀਂ ਉਹਨਾਂ ਲੋਕਾਂ ਲਈ ਮੰਗ ਰਹੇ ਹੋ ਜਿਹਨਾਂ ਚੋਂ ਜ਼ਿਆਦਾਤਰ ਸੰਪੰਨ ਨੇ, ਮਤਲਬ ਕਿ ਜਿਹੜੇ ਆਪਣੇ ਆਪ ਆਪਣੇ ਖਰਚੇ ਚੁੱਕ ਸਕਦੇ ਆ, ਜਿਹਨਾਂ ਕੋਲ ਜਿਹੜਾ ਬਹੁਤ ਵੱਡਾ ਸਰਮਾਏਦਾਰੀ ਦਾ ਅਸਾਸਾ ਮੌਜੂਦ ਆ, ਤਾਂ ਤੁਸੀਂ ਇਹੋ ਜਿਹੇ ਲੋਕਾਂ ਦੀ ਸਿਫਾਰਿਸ਼ ਕਰਦੇ ਪਏ ਹੋ ਜਿਹੜੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪ ਰੱਖ ਸਕਦੇ ਆ। ਔਰ ਦੂਜੀ ਗੱਲ ਇਹ ਆ ਕਿ ਤੇਲ ਦਾ ਖਰਚਾ ਜਾਂ ਹੋਰ ਜਿਹੜੀਆਂ ਚੀਜ਼ਾਂ ਦਾ ਤੁਸੀਂ ਬੋਝ ਪਾ ਰਹੇ ਹੋ, ਖਜ਼ਾਨਾ ਸਾਡੇ ਚੱਲਣ ਦੇ ਕਾਬਲ ਨਹੀਂ ਹੈ। ਸੋ ਉਹਨਾਂ ਨੇ ਇਹ ਕੇਸ ਜਿਹੜਾ ਉਹ ਰੱਦ ਕਰ ਦਿੱਤਾ, ਮਤਲਬ ਕਿ ਜੋ ਕੇਸ ਇਹਨਾਂ ਨੇ ਵਿੱਤ ਵਿਭਾਗ ਤੋਂ ਮਨਜ਼ੂਰੀ ਵਾਸਤੇ ਭੇਜਿਆ ਸੀਗਾ, ਵਿੱਤ ਵਿਭਾਗ ਨੇ ਉਹ ਨਾ ਮਨਜ਼ੂਰ ਕਰ ਦਿੱਤਾ। ਉਹ ਕਹਿੰਦੇ ਆ ਕਿ ਹਾਲੇ ਜਿਹੜੀ ਦੂਸਰੀ ਉੱਚ ਪੱਧਰੀ ਕਮੇਟੀ ਕੋਈ ਬਣਾਈ ਜਾਏਗੀ, ਉਹ ਰਿਵਿਊ ਕਰੂਗੀ ਕਿ ਹਾਂ ਕਿਹਨੂੰ ਕਿਹਨੂੰ ਗੱਡੀ ਚਾਹੀਦੀ ਆ। ਔਰ ਖਾਸ ਤੌਰ ਤੇ ਉਹ ਕਹਿੰਦੇ ਆ ਕਿ ਆਹ ਜਿਹੜੇ ਵਾਫਰ ਬੰਦੇ ਵਿੱਚ ਤੁਸੀਂ ਲਈ ਫਿਰਦੇ ਹੋ ਕਿ ਆਹ ਫਲਾਣਾ ਧਾਰਮਿਕ ਆਗੂ ਆ ਜਿਹੜੇ, ਉਹ ਕਹਿੰਦੇ ਕਾਹਦੀਆਂ ਗੱਡੀਆਂ ਇਹਨਾਂ ਨੂੰ ਦੇਣੀਆਂ, ਇਹਨਾਂ ਕੋਲ ਤੇ ਜੇ ਕੋਈ ਇੱਕ ਅੱਧੀ ਖੜੀ ਆ ਤੇ ਉਹ ਵੀ ਚੱਕ ਕੇ ਲਿਓ। ਸੋ ਜਾਨੀ ਕਹਿਣ ਦਾ ਮਤਲਬ ਕਿ ਜਿਹੜਾ ਵਿੱਤ ਵਿਭਾਗ ਹੈ ਸਰਕਾਰ ਦਾ, ਉਹਨੇ ਇਹਨਾਂ ਦੀ ਫਾਈਲ ਜਿਹੜੀ ਆ ਪਵਾ ਕੇ ਪੁੱਠੀ ਮੋੜ ਦਿੱਤੀ ਹੈ ਕਿ ਲਓ ਭਾਈ ਚੱਕ ਲਓ, ਅਸੀਂ ਤੁਹਾਨੂੰ ਗੱਡੀ ਗੁੱਡੀ ਕੋਈ ਨੀ ਦਿੰਦੇ। ਖੈਰ ਵੈਸੇ ਬਾਦਲ ਸਾਹਿਬ ਹੋਰਾਂ ਦਾ ਅੱਜ ਹੀ ਇੱਕ ਚਿੱਠਾ ਵੀ ਲੱਗਾ ਸੀ ਅਖਬਾਰ ਦੇ ਵਿੱਚ, ਬੈਂਸ ਬ੍ਰਦਰਸ ਦਾ ਵੀ ਲੱਗਾ ਸੀਗਾ ਕਿ ਕਿਸ ਤਰ੍ਹਾਂ ਵਿਧਾਇਕ ਹੈ ਜਿਹੜੇ ਉਹ ਆਪ ਹੀ ਨੀ ਆਪਣੇ ਪਰਿਵਾਰਾਂ ਦਾ ਖਰਚਾ ਜਿਹੜਾ ਉਹ ਵੀ ਮੈਡੀਕਲ ਅਲਾਉਂਸ ਦੇ ਰੂਪ ਦੇ ਵਿੱਚ ਇਧਰੋਂ ਉਧਰੋਂ ਲੈ ਜਾਂਦੇ ਤੇ ਲੈ ਵੀ ਲੱਖਾਂ ਚ ਜਾਂਦੇ ਆ। ਤਾਂ ਇਹ ਜਿਹੜਾ ਗੱਡੀਆਂ ਵਾਲਾ ਸਿਸਟਮ ਆ, ਇਹ ਵੀ ਕੁਛ ਮਾਜ਼ਰਾ ਇਹੋ ਜਿਹੇ ਹੀ, ਮਾਮਲਾ ਇਹੋ ਜਿਹਾ ਹੀ ਆ, ਕਿਉਂਕਿ ਜਿੱਦਾਂ ਇਹਨਾਂ ਦੇ ਇਲਾਜ ਦੀ ਕੋਈ ਸੀਮਾ ਨੀ, ਉਸ ਤਰ੍ਹਾਂ ਇਹਨਾਂ ਦੀਆਂ ਗੱਡੀਆਂ ਦੀ ਟੁੱਟ ਭੱਜ, ਗੱਡੀਆਂ ਦੇ ਇਹਨਾਂ ਦੀ ਅਦਲਾ ਬਦਲੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਰੈਗੂਲੇਟ ਕਰਨ ਲਈ ਕੋਈ ਬਾਡੀ ਨੀ, ਕੋਈ ਅਥਾਰਟੀ ਨੀ। ਸੋ ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ, ਸਾਰਾ ਕੁਛ ਆਪਣੇ ਹੱਥ ਹੀ ਹੁੰਦਾ। ਜੇ ਵਿਰੋਧੀ ਧਿਰ ਚ ਚਲੇ ਜਾਂਦੇ ਆ ਤਾਂ ਵੀ ਇਹੋ ਜਿਹੇ ਅਫਸਰ ਹੁੰਦੇ ਆ ਜਿਹੜੇ ਕੇਸ ਬਣਾ ਬਣਾ ਕੇ ਭੇਜੀ ਜਾਂਦੇ ਆ ਕਿ ਬਾਦਲ ਸਾਹਿਬ ਦੀ ਗੱਡੀ ਆ ਜਿਹੜੀ ਉਹ ਥੋੜੀ ਜਿਹੀ ਛਣ ਛਣ ਕਰਦੀ ਆ, ਕਿਉਂ ਨਾ ਆਪਾਂ ਚਮਕੀਲੀ ਕੋਈ ਚਮਕਦੀ ਗੱਡੀ ਆ ਜਿਹੜੀ ਪੇਸ਼ ਕਰਦੀ ਹੈ। ਖੈਰ ਬਹਰਹਾਲ ਬਾਦਲ ਸਾਹਿਬ ਕੋਲ ਜਿਹੜੀ ਗੱਡੀ ਆ ਉਹੀ ਚੱਲਦੀ ਰਹੂਗੀ, ਨਵੀਂ ਗੱਡੀ ਆ ਉਹਦੇ ਲਈ ਬ੍ਰੇਕ ਵੱਜ ਗਈ ਆ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ, ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜੀ, ਸਤਿ ਸ਼੍ਰੀ ਅਕਾਲ ਜੀ, ਉਹਦੇ ਵਾਸਤੇ ਰਿਹਾ ਹਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।